वाहेगुरु जी का खालसा वाहेगुरु जी की फतेह जी। अज असी खड़े हैं जी गुरु नानक एवीन्यू फगवाड़ा शहर है जी, तो जी आर डी कॉलेज के बिल्कुल बैक साइड पर असी एंबूलेंस च आए हैं। मनुखता की सेवा सब तो वड्डी सेवा परिवार की है जी, एक ड्यूटी लगी आ, एक निक्की जी बच्ची आ वो तुहानू दिखाउने आ किद्दां वो सबर कर रही आ, किद्दां वो इस टाइम नरक कट रही आ सफर कर रही आ। उदी मां दी तां मौत हो गई आ, उदा प्यो आ जिहड़ा वो बेचारा कल्ला ही उहनूं सांभदा, किराए दे घर च रहिंदे ने, आ क्वार्टर आ, आ बापू आ, आ जा वीरे फोन कट दे, इह बापू आ जी कुड़ी दा प्यो आ बेचारा दिहाड़ी करदा ढाबे ते, ते कुड़ी किहड़े हालातां च पई आ, सानूं इत्थे एमरजेंसी आउणा पिया, असीं अज आउणा नहीं सीगा। सानूं जदों दस्सिया गया वी बच्ची दी हालत बहुत माड़ी आ ते बच्ची ਨੂੰ ਕੁਛ ਵੀ ਹੋ ਸਕਦਾ ਕਿਸੇ ਟਾਈਮ ਵੀ, ਤੁਹਾਨੂੰ ਵੀ ਦਿਖਾਉਂਦੇ ਹਾਂ। ਦੇਖੋ ਇਹ ਇੱਕ ਕਮਰਾ, ਇਹੀ ਇਹਦਾ ਮਕਾਨ ਆ, ਇਹੀ ਇਹਦੀ ਬੱਚੀ ਦੀ ਜਾਨ ਆ। ਆਹ ਮਾਂ ਆ ਇਹਦੀ ਵਿਚਾਰੀ ਦੀ, ਜਿਹੜੀ 2018 ਦੇ ਵਿੱਚ 2016 'ਚ ਹਾਂਜੀ ਇਹਦਾ ਨਾਂ ਕੀ ਸੀਗਾ, ਸ਼ਕੁੰਤਲਾ, ਸ਼ਕੁੰਤਲਾ ਦੇਵੀ ਇਸ ਦੁਨੀਆਂ ਤੋਂ ਜਾ ਚੁੱਕੀ। ਆ ਜਾ ਵੀਰੇ ਤੂੰ ਅੱਗੇ ਆ, ਅੱਗੇ ਆਉਂਦਾ ਡੈਡੀ ਨੂੰ ਉਹਦੇ ਨੂੰ। ਤੁਹਾਡਾ ਕੀ ਨਾਮ ਆ ਜੀ, ਬਣਾ ਲਾ ਨਾਲ? ਹਾਂਜੀ ਰਕੇਸ਼ ਕੁਮਾਰ ਜੀ। ਰਕੇਸ਼ ਕੁਮਾਰ ਜੀ, ਰਕੇਸ਼ ਕੁਮਾਰ ਜੀ ਕੀ ਹੋਇਆ ਇਹਨੂੰ, ਬੱਚੀ ਨੂੰ ਐਂ ਕਾਹਤੋਂ ਪਾਈ ਹੋਈ ਹੈ ਇਹ? ਕੀ ਨਾਂ ਇਹਦਾ? ਮਾਨਸੀ। ਉਹ ਮਾਨਸੀ, ਮਾਨਸੀ ਤੂੰ ਇੱਧਰ ਆ ਸਨੀ, ਅਮਿਤ ਇੱਧਰ ਪਾਸੇ ਦੀ ਆਓ, ਅਲੀ ਇੱਧਰ ਦੀ ਆਓ। ਗੋਡੇ ਦੇ ਆਪਰੇਸ਼ਨ ਕਰਿਆ ਸੀ ਇਹਨਾਂ ਦਾ, ਆਪਰੇਸ਼ਨ ਦੇ ਬਾਅਦ ਚ ਉਹਨਾਂ ਦੇਖੋ ਦਾ। ਮਾਫੀ ਮੰਗਦੇ ਹਾਂ ਜੀ ਜੇ ਕਿਸੇ ਨੂੰ ਕੋਈ ਤਕਲੀਫ ਹੋਵੇ। ਇਹ ਜ਼ਖਮ ਆ ਇਹਦੇ ਬਹੁਤ ਸਾਰੇ ਬੋਡੀ ਦੇ ਉੱਪਰ, ਸਰੀਰ ਇਹਦਾ ਗਲਿਆ ਪਿਆ ਸਾਰਾ, ਕਿਉਂਕਿ ਇਹਦਾ ਡੈਡੀ ਨਹੀਂ ਸੰਭਾਲ ਪਾ ਰਿਹਾ, ਇਹ ਕੇਅਰ ਨਹੀਂ ਕਰ ਪਾਉਂਦਾ, ਕਿਉਂਕਿ ਇਹ ਡਿਊਟੀ 'ਤੇ ਜਾਂਦਾ। ਇਹ ਕਹਿੰਦਾ ਮੈਂ, ਪਰ ਬਾਈ ਯਾਰ ਤੂੰ ਛੁੱਟੀ ਲੈ ਕੇ ਆਪਣੀ ਬੇਟੀ ਨੂੰ ਤਾਂ ਸੰਭਾਲ ਯਾਰ। ਨਹੀਂ ਕੋਈ ਰੋਟੀ ਦਾ ਉਪਰਾਲਾ ਨਹੀਂ ਗਾ, ਜਿਨ੍ਹਾਂ ਦੇ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ, ਤੈਨੂੰ ਕੋਈ ਆਸਰਾ ਨਹੀਂ ਹੈਗਾ ਜੀ, ਤੇਰੇ ਭੈਣ ਭਰਾ ਤੇਰਾ ਕੋਈ ਨਹੀਂ। ਇੱਧਰ ਆ ਜਾ ਤੂੰ ਵੀਰੇ, ਭੂਰੀਆਂ ਕੀੜੀਆਂ ਬੱਚੀ ਦੇ ਉੱਪਰ, ਬੱਚੀ ਦੇ ਖਾਈ ਜਾਂਦੀਆਂ। ਦੇਖੋ ਭੂਰੀਆਂ ਕੀੜੀਆਂ ਕਿਵੇਂ ਚੜੀਆਂ ਹੋਈਆਂ ਸਾਰੇ ਸਰੀਰ ਨੂੰ, ਕਿਉਂਕਿ ਲੈਟਰੀਨ ਵਿੱਚ ਹੀ ਹੋ ਰਹੀ ਆ, ਡਾਇਪਰ ਲੱਗਿਆ ਹੋਇਆ ਵਿੱਚ। ਹੁਣ ਡਾਇਪਰ ਬਦਲਿਆ ਕਾਹਤੋਂ ਨੀ, ਕੱਲ ਦਾ ਕਦੋਂ ਦਾ ਬਦਲਿਆ ਹੋਇਆ? ਅੱਜ ਸਵੇਰੇ ਬਦਲਿਆ ਜੀ। ਯਾਰ ਕਮਾਲ ਹੋ ਗਈ ਵੀਰੇ, ਏਡਾ ਵੱਡਾ ਡਾਇਪਰ ਲਾਇਆ ਹੋਇਆ ਤੂੰ, ਡਾਇਪਰ ਤਾਂ ਬਦਲੀ ਚੱਲ ਨਾਲ ਦੀ ਨਾਲ, ਅੱਜ ਤਾਂ ਤੂੰ ਘਰੇ ਹੀ ਆ ਹੁਣ। ਲੱਤ ਕਿਹੜੀ ਟੁੱਟੀ ਹੋਈ ਆ ਦੀ? ਲੱਤ ਕਿਹੜੀ ਟੁੱਟੀ ਹੋਈ ਆ ਦੀ? ਹਾਂ ਪੁੱਤ ਕੀ ਹੋ ਗਿਆ ਤੈਨੂੰ? ਮਾਨਸੀ, ਉਹ ਮਾਨਸੀ ਕੀ ਹੋ ਗਿਆ ਮੇਰੇ ਪੁੱਤ ਨੂੰ? ਅੱਖਾਂ ਖੋਲ, ਅੱਖਾਂ ਖੋਲ, ਅੱਖਾਂ ਖੋਲ, ਕੀ ਹੋਇਆ, ਕੀ ਹੋਇਆ? ਮੈਂ ਤੇਰਾ ਅੰਕਲ ਆ ਪੁੱਤ, ਮੈਂ ਤੇਰਾ ਅੰਕਲ ਆ, ਪਰ ਤੈਨੂੰ ਇਲਾਜ ਲਈ ਲੈ ਕੇ ਜਾਣਾ, ਤੈਨੂੰ ਦਾਖਲ ਕਰਾ ਦਈਏ ਹਸਪਤਾਲ? ਹੈਂ ਹੈਂ, ਪਾਪਾ ਵੀ ਨਾਲ ਜਾਣਗੇ ਤੇਰੇ, ਤੈਨੂੰ ਹਸਪਤਾਲ ਦਾਖਲ ਕਰਾ ਦੇਣਾ ਵਾ। ਅੱਖਾਂ ਖੋਲੋ, ਅੱਖਾਂ ਇੱਧਰ ਦੇਖੋ, ਇੱਧਰ ਦੇਖੋ। ਹਾਂ ਵਾਹਿਗੁਰੂ, ਇੱਕ ਓਂਕਾਰ, ਸਤਨਾਮ, ਸੱਚਾ ਪਾਤਸ਼ਾਹ ਮਹਾਰਾਜ, ਮਿਹਰ ਕਰਿਓ ਮੇਰੇ ਪੁੱਤ 'ਤੇ, ਕਰਿਓ ਮਾਨਸੀ 'ਤੇ ਸਾਡੀ 'ਤੇ। ਸਤਨਾਮ ਕਰਤਾ ਪੁਰਖ ਮਿਹਰਬਾਨ, ਅੱਖਾਂ ਖੁੱਲਦੀਆਂ ਨੀ ਪੁੱਤ ਪੂਰੀਆਂ? ਅੱਖਾਂ ਤੇ ਸੋਚ ਕਾਹਤੋਂ ਆਈ ਹੋਈ ਇੰਨੀ? ਲੱਤ ਕਿਹੜੀ ਟੁੱਟੀ ਸੀ, ਕਿਵੇਂ ਟੁੱਟ ਗਈ ਸੀ, ਕੀ ਹੋਇਆ ਸੀ? ਭੈਣੇ ਇਧਰਲੇ ਪਾਸੇ ਆਇਓ ਜੀ, ਇੱਕ ਮਿੰਟ ਦੱਸਿਓ ਕੀ ਗੱਲ ਹੋਈ ਆ। ਹਾਂਜੀ ਰੋਵੋ ਨਾ, ਆ ਜਾਓ ਮੇਰੀ ਭੈਣ, ਆ ਜਾਓ। ਪਹਿਲਾਂ ਤੁਹਾਡਾ ਧੰਨਵਾਦ ਆ ਜੀ, ਤੁਹਾਡੇ ਬੇਟੇ ਨੇ ਸਾਨੂੰ ਦੱਸਿਆ, ਵੀਰੇ ਨੇ, ਉਹ ਵੀਰਾ ਕਿੱਥੇ ਆ ਬਾਈ? ਤੇਰਾ ਧੰਨਵਾਦ, ਤੂੰ ਵੀਡੀਓ ਭੇਜੀ ਸਾਨੂੰ ਬਣਾ ਕੇ, ਤੇਰੀ ਤਾਂ ਬਾਹਲੀ ਮਾੜੀ ਹਾਲਤ ਹੋਈ ਪਈ ਹੈ ਵੀਰੇ। ਤੁਸੀਂ ਇੱਥੇ ਨੇੜੇ, ਤੁਹਾਡਾ ਘਰ ਅਸੀਂ ਦੇਖ ਕੇ ਆਏ ਹਾਂ, ਉੱਧਰ ਹੀ ਲੰਘ ਕੇ ਆਏ ਹਾਂ। ਦੇਖੋ ਜੀ, ਆ ਦੇਖੋ, ਆ ਦੇਖੋ ਕੀੜੀਆਂ ਖਾਈ ਜਾਂਦੀਆਂ ਕੁੜੀ ਨੂੰ, ਆ ਦੇਖੋ, ਇੱਕ ਮਿੰਟ ਹੱਥ ਨਾ ਮਾਰਿਓ, ਆ ਦੇਖੋ, ਆ ਦੇਖੋ ਲਾਈਨ ਬਣਾਈ ਆਉਂਦੀਆਂ ਕੀੜੀਆਂ ਵੀਰੇ। ਆ ਦੇਖੋ ਅਲੀ, ਨੇੜੇ ਕਰ ਕਾਕਾ, ਅਲੀ ਤੂੰ
ਤੂੰ ਨੀ ਆ ਦੇਖੋ ਸਾਰਾ ਕੀੜੀਆਂ ਖਾ ਗਈਆਂ ਜੀ ਇਹਨੂੰ ਓ ਹੋ ਹੋ ਆ ਰਿਹਾ ਸਾਰਾ ਕੀੜੀਆਂ ਉਹ ਤੇਰੀ ਨੂੰ ਆ ਦੇਖੋ ਜੀ ਆ ਜਿਉਂਦੀ ਕੁੜੀ ਨੂੰ ਕੀੜੇ ਖਾ ਗਏ ਜੀ ਯਾਰ ਤੂੰ ਸਵਾਹ ਬਾਈ ਦੇਖਦਾ ਯਾਰ ਫਿਰ ਤੂੰ ਸਵਾਹ ਦਾ ਯਾਰ ਪਿਓ ਆ ਮੈਂ ਤਾਂ ਕਿਤੇ ਇੱਕ ਅੱਧੀ ਕੀੜੀ ਆ ਓਏ ਓਏ ਸੈਨੇਟਾਈਜ਼ਰ ਲਿਆ ਚੱਕ ਕੇ ਕੀੜੀਆਂ ਦੇ ਮਾਰੀਏ ਖੁੱਡ ਰੋਟੀ ਨੀ ਦੇ ਸਕਦੇ ਗੁਆਂਢੀ ਕਿਹੜੇ ਤੈਨੂੰ ਮੇਰੀ ਪੈਗ ਨੀ ਲੋਟ ਆਉਂਦੀ ਤੇਰੇ ਸ਼ਰਾਬ ਨੀ ਲੋਟ ਆਉਂਦੀ ਇਹ ਤਾਂ ਹੁਣ ਛੱਡੀ ਗਿਆ ਯਾਰ 5-7 ਦਿਨ ਪਹਿਲਾਂ ਯਾਰ ਕੀ ਗੱਲਾਂ ਕਰੀਆਂ ਨੇ ਇਹਦੀ ਅੱਜ ਮੈਂ ਵੇਖ ਕੇ ਬਿਲਕੁਲ ਬੰਦ ਕਰ ਦਈ ਮਹਾਰਾਜ ਜੀ ਜਦੋਂ ਹੁਣ ਅੱਜ ਕੀ ਹਾਲ ਯਾਰ ਤੇਰੀ ਬੇਟੀ ਯਾਰ ਤੂੰ ਕੁਛ ਇਹਨੂੰ ਸਰਕਾਰੀ ਹਸਪਤਾਲ ਨਹੀਂ ਲੈ ਕੇ ਗਿਆ ਸਰਕਾਰੀ ਵੀ ਲੈ ਗਏ ਭਾਜੀ ਸੀਵਰੇਜ ਵੀ ਲੈ ਕੇ ਪ੍ਰਾਈਵੇਟ ਉੱਥੇ ਪੈਸੇ ਬੜੇ ਮੰਗਦੇ ਮਾਰੇ ਖਾਲਸੇ ਬਹੁਤ ਪੈਸੇ ਮੰਗਦੇ ਮੈਂ ਨਹੀਂ ਦੇ ਸਕਦਾ 2-2 ਲੱਖ ਰੁਪਏ ਮੰਗਦੇ ਪੂਰੀ ਠੀਕ ਹੋਣਾ ਇਹ ਤਾਂ ਪਰ ਸੌਰੀ ਸਾਡਾ ਵੀ ਯਾਨੀ ਕਿ ਅੱਜ ਬੱਚੀ ਨੂੰ ਕੀੜੀਆਂ ਖਾਈ ਜਾਂਦੀਆਂ ਬਾਈ ਆ ਦੇਖੋ ਕੀੜੀਆਂ ਜਿਵੇਂ ਲਾਈਨ ਆ ਭਰਿਆ ਪਿਆ ਸਾਰਾ ਬਿਸਤਰਾ ਆ ਦੇਖੋ ਆ ਭੂਰੀਆਂ ਕੀੜੀਆਂ ਆ ਕੀੜੀਆਂ ਕੀੜੀਆਂ ਆ ਦੇਖੋ ਕੀੜੀਆਂ ਕੀੜੀਆਂ ਪੁੱਤ ਕੋਈ ਨਾ ਕੋਈ ਨਾ ਪੁੱਤ ਮਾਨਸੀ ਆਪਾਂ ਚੱਲਦੇ ਆ ਪੁੱਤ ਆਪਾਂ ਹਸਪਤਾਲ ਚੱਲਾਂਗੇ ਪੁੱਤ ਡਾਈਪਰ ਲਿਆ ਚੱਕ ਕਿੱਥੇ ਸਾਰਾ ਟਾਇਲਟ ਨਾਲ ਲਿਪੜਿਆ ਪਿਆ ਹੁਣ ਤੂੰ ਘਰੇ ਆਇਆ ਹੋਇਆ ਬਾਈ ਡਾਈਪਰ ਤਾਂ ਬਦਲਾ ਕੇ ਯਾਰ ਬਾਈ ਯਾਰ ਕੀੜੀਆਂ ਨੇ ਲੱਤਾਂ ਖਾ ਲੀਆਂ ਕੁੜੀ ਦੀਆਂ ਪੁੱਤ ਮੇਰੀ ਮੈਂ ਤੇਰਾ ਮਾਮਾ ਵਾ ਫਿਕਰ ਨੀ ਕਰਨਾ ਠੀਕ ਹੈ ਮੰਮਾ ਨਾ ਮੈਂ ਮੰਮਾ ਦਾ ਭਰਾ ਵਾ ਮਾਮਾ ਵਾ ਮੈਂ ਤੇਰਾ ਅੱਛਾ ਕਿਹੜੀ ਕਲਾਸ ਪੜ੍ਹਦੀ ਸੀ ਜੀ ਚੋਣ ਨਿਸ਼ਾਨ ਬੱਲਾ ਜਿੱਥੇ ਰਹਿਣਾ ਉੱਥੇ ਜਾਣਾ ਸਾਡੇ ਲੀਡਰਾਂ ਦੀਆਂ ਟੀ ਸ਼ਰਟਾਂ ਪਾਈਆਂ ਗਈਆਂ ਬਾਈ ਇਹ ਕਿਵੇਂ ਕਿਹਨੇ ਦਿੱਤੀ ਤੈਨੂੰ ਪਰ ਅੱਜ ਕੋਈ ਲੀਡਰ ਨੀ ਬਾਈ ਕੋਈ ਨੀ ਕੰਮ ਕਰਦਾ ਕੋਈ ਕੰਮ ਨੀ ਆਉਂਦਾ ਗਲਾਸ ਦੇ ਬੱਚੀ ਦਾ ਤੇ ਪਿੰਡ ਦੀ ਸਟੋਹ ਬਣਾਈ ਹੁੰਦੀ ਜਿਵੇਂ ਏਦਾਂ ਇਹਦੇ ਨਾਲ ਵਿਚਾਰੀ ਪਾਣੀ ਪੀਂਦੀ ਆ ਇਹ ਬੱਚੀ ਆਹ ਕਮਰੇ ਦੇ ਵਿੱਚ ਕਿਰਾਏ ਦੇ ਤੇ ਵਿਆਹ ਪਿਓ ਤੋਂ ਕਿਰਾਇਆ ਵੀ ਦਿੱਤਾ ਜਾ ਰਿਹਾ ਕਮਰੇ ਦਾ ਤੇ ਆਹ ਕਮਰੇ ਦੇ ਵਿੱਚ ਆਹੀ ਇਹਨਾਂ ਦੀ ਵਿਰਾਸਤ ਆ ਸਾਰੀ ਅਸੀਂ ਇਹਨੂੰ ਬੱਚੇ ਨੂੰ ਹਸਪੀਟਲ ਲੈ ਕੇ ਚੱਲੇ ਆ ਜੀ ਨਾਲ ਅਰਦਾਸ ਕਰਿਓ ਅਸੀਂ ਇਹਦਾ ਟ੍ਰੀਟਮੈਂਟ ਕਰਾ ਸਕੀਏ ਇਹਦਾ ਬੱਚੀ ਦਾ ਹਲੀ ਆਪਣੇ ਸਤਨਾ ਵਾ ਫੜ ਇੱਧਰ ਆਇਓ ਭੈਣੇ ਭੈਣੇ ਇੱਧਰ ਪਾਸੇ ਆਇਓ ਮਾੜਾ ਜਿਹਾ ਉੱਥੇ ਫੜ ਕੇ ਰੱਖਿਓ ਇੱਧਰ ਉਹ ਵੀਡੀਓ ਜਿਹੀ ਨਹੀਂ ਆਪਾਂ ਜਾ ਕੇ ਦਿਖਾਤਾ ਜੀ ਸਾਰੀ ਗਲੀ ਪਈ ਆ ਜੀ ਸਾਰੀ ਗਲੀ ਪਈ ਆ ਸਾਰੀ ਗਲੀ ਪਈ ਆ ਬਾਈ ਕੁੜੀ ਨਾਲ ਖਾ
ਬਾਥਰੂਮ ਵਾਲੀ ਥਾਂ ਸਾਰੀ ਗਲੀ ਪਈ ਆ ਕਿਉਂਕਿ ਉਹ ਵੀ ਗਿੱਲੀ ਪਈ ਰਹਿੰਦੀ ਆ ਕਿਉਂਕਿ ਰਾਤ ਨੂੰ ਆਉਂਦਾ ਬੰਦਾ ਇਹ ਤਾਂ ਵਿਚਾਰਾ ਕਹਿੰਦਾ ਢਾਬੇ ਦੇ ਕੰਮ ਕਰਦਾ ਢਾਬੇ ਦੇ ਭਾਂਡੇ ਮਾਂਜਦਾ ਰੋਟੀ ਖਾਂਦਾ ਤਾਂ ਕੁੜੀ ਨੂੰ ਖਵਾਉਂਦਾ ਲਿਆ ਕੇ ਰੋਟੀ ਤੇ ਕੁੜੀ ਘਰੇ ਪਈ ਹੋਈ ਗੱਲ ਗਈ ਬਾਈ ਜਖਮ ਨਹੀਂ ਦਿਖਾ ਸਕਦੇ ਮਾਨਸੀ ਦੇ ਅਸੀਂ ਮਾਨਸੀ ਦੇ ਪਜਾਮਾ ਪਾ ਕੇ ਕੀੜੀਆਂ ਖਾ ਗਈਆਂ ਦੇਖੋ ਸਾਰੀ ਲੱਤ ਦੀ ਖੁੱਚ ਆ ਨਾ ਲੱਤ ਟੁੱਟੀ ਕਿਵੇਂ ਕੀ ਗੱਲ ਹੋ ਗਈ ਸੱਟ ਕਿਵੇਂ ਲੱਗੀ ਵੀ ਕਿਹੜੇ ਕਿਹੜੇ ਸੱਟ ਲੱਗੀ ਬਾਅਦ ਜੇ ਖਿਆਲ ਨਹੀਂ ਕੀਤਾ ਭਰਾਵਾਂ ਦਾ ਜੋ ਉਹਨਾਂ ਨੇ ਪੰਜ ਬਾਅਦ ਨਹੀਂ ਹੋਈ ਚਲੇ ਛੱਡ ਗਏ ਬਾਅਦ ਦੇਖੇ ਨਾ ਕਿਸੇ ਕਿੱਥੇ ਕਿੱਥੇ ਰਹਿੰਦੀ ਸੀ ਇਹ ਫਿਰ ਭਜਿੰਦਰ ਕਾਲੀ ਕੋਲ ਨੇ ਇਹਨੇ ਕਰਾਇਆ ਜਣਾ ਤੇ ਮਰਨ ਦੇ ਬਾਅਦ ਮੰਮੀ ਮਰਨ ਦੇ ਬਾਅਦ ਮੇਰੇ ਤੇ ਫਗਵਾੜੇ ਆ ਗਏ ਫਿਰ ਮੈਂ ਉਹਨਾਂ ਕੰਮ ਕਰਦੇ ਨੇ ਧਿਆਨ ਨਹੀਂ ਰਹਿੰਦੀ ਸੀ ਪਹਿਲਾਂ ਕੋਈ ਫਿਰ ਧਿਆਨ ਨਹੀਂ ਕੀਤਾ ਫਿਰ ਇਹ ਕੁੜੀ ਭੂਆ ਕੋਲ ਰਹਿੰਦੀ ਸੀ ਜੀ ਭੂਆ ਕੋਲ ਰਹਿੰਦੀ ਭੂਆ ਨੇ ਕਿਹਾ ਵੀ ਕੀਤੀ ਸਿੱਧੀ ਗੜੀ ਵਾਲੇ ਨੇ ਭੂਆ ਕਿੱਥੇ ਰਹਿੰਦੀ ਆ ਨਿੰਮਾ ਚੋਂ ਰਹਿੰਦੇ ਨੇ ਉਹਨੇ ਤਾਂ ਪਾਈ ਰੱਖਿਆ ਮੰਜੀ ਆਪਣੇ ਰੋਟੀ ਦੇ ਕਿੱਦਾਂ ਦੇਣੀ ਬਸ ਰੱਬ ਹੀ ਰੱਖ ਜੀ ਦੱਸਿਓ ਤੁਸੀਂ ਨਾਲੇ ਮੈਨੂੰ ਸਵੇਰੇ ਦੱਸਦੇ ਸੀ ਪਤਾ ਨਹੀਂ ਕੌਣ ਕਹਿੰਦੇ ਸੀ ਕਿ ਵੀ ਉਹ ਭੂਆ ਵੀ ਬਹੁਤ ਜ਼ਿਆਦਾ ਟੌਰਚਰ ਕਰਦੇ ਸੀ ਕੋਈ ਕੁੜੀਆਂ ਬਹੁਤ ਜਵਾ ਕੇ ਰੱਖ ਪਾਉਂਦਾ ਸੀਆਂ ਗੱਡੀ ਚੱਲਿਆ ਮਾਨਸੀ ਕੋਈ ਨਾ ਪੁੱਤ ਹੁਣ ਤੈਨੂੰ ਆਪਾਂ ਸਾਰਾ ਇਲਾਜ ਕਰਾ ਦੇਣਾ ਮੇਰੇ ਪੁੱਤ ਦਾ ਠੀਕ ਹੋਏ ਨਾ ਮੇਰੀ ਮਾਨਸੀ ਨੇ ਮਾਨਸੀ ਸਾਡੀ ਦੁਆਰਾ ਪਹਾੜਾ ਕਰੋ ਕੱਪੜਾ ਰੱਖ ਕਿੰਨੇ ਸਾਲਾਂ ਦੀ ਦੱਸ ਦਿਓ ਤੁਸੀਂ ਤੇਰਾਂ ਸਾਲਾਂ ਦੀ ਕੁੜੀ ਹੈ ਜੀ ਤੇ ਦੇਖਣ ਨੂੰ ਇਹ 7 ਸਾਲਾਂ ਦੀ ਵੀ ਨੀ ਲੱਗਦੀ ਅੱਧੀ ਵੀ ਨੀ ਲੱਗਦੀ ਗੀ ਕਿਉਂਕਿ ਬਿਨਾਂ ਮਾਂ ਤੋਂ ਬੱਚੇ ਨਹੀਂ ਪਲਦੇ ਬਿਨਾਂ ਮਾਵਾਂ ਨਹੀਂ ਪਲਦੇ ਬੱਚੇ ਭਾਈ ਇਹ ਸੱਚ ਆ ਗੱਲ ਇਹ ਮਾਨਸੀ ਦੀ ਜ਼ਿੰਦਗੀ ਇਸ ਗੱਲ ਨੂੰ ਸਾਬਤ ਕਰਦੀ ਆ ਮਾਨਸੀ ਠੀਕ ਹੋਇਆ ਨਾ ਮੇਰੇ ਪੁੱਤ ਨੇ ਪਾਣੀ ਦੇ ਵਿੱਚ ਬਣ ਸਕੇ ਪਿਆਰੇ ਪਾਣੀ ਮੂੰਹ ਖੋਲ ਪਾਣੀ
ਬਾਈ ਗਰੀਬੀ ਨੇ ਗਰੀਬੀ ਨੇ ਹੱਲ ਕੀਤਾ ਇਹ ਮਾਨਸੀ ਦੀ ਬਿਮਾਰੀ ਨਹੀਂ ਵੱਡੀ ਅਸੀਂ ਹਮੇਸ਼ਾ ਕਹਿੰਦੇ ਹਾਂ ਬਿਮਾਰੀਆਂ ਨਹੀਂ ਵੱਡੀਆਂ ਬਿਮਾਰੀਆਂ ਸਭ ਤੋਂ ਵੱਡੀ ਬਿਮਾਰੀ ਗਰੀਬੀ ਹੈ ਜੀ ਇਹ ਅੱਜ ਆ ਮਾਨਸੀ ਦੇ ਘਰੇ ਆਏ ਹਾਂ ਫਰਵਾੜਾ ਸ਼ਹਿਰ ਦੇ ਵਿੱਚ ਤੇ ਗੁਰੂ ਨਾਨਕ ਐਵੀਨਿਊ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਂ ਤੇ ਇਹ ਬਣੀ ਹੋਈ ਇੱਕ ਕਲੋਨੀ ਆ ਇਸ ਨਾਲ ਅਗਲੇ ਸਰ ਤੋਂ ਕਲੋਨੀ ਆ ਜੀ ਇਹ ਤੇ ਇਹਦੇ ਵਿੱਚ ਇਹ ਬੱਚੀ ਪਈ ਤੜਫ ਰਹੀ ਆ ਇਹਦੀਆਂ ਵੀ ਰਿਪੋਰਟਾਂ ਦੇਖੋ ਸਾਰੀਆਂ ਕਿਹੜੀ ਕਿਹੜੀ ਪਾ ਗਈ ਪੱਤਰ ਪਰਚੀ ਰਿਪੋਰਟ ਜੋ ਵੀ ਹੈ ਉਹ ਦਿਓ ਲਿਆਉਂਦੀਆਂ ਹੋਊਗਾ ਦਵਾਈ ਕਿਹੜੀ ਚੱਲਦੀ ਸੀ ਯਾਰ ਭਾਈ ਤੁਸੀਂ ਕੀ ਇਲਾਜ ਕਰਾ ਰਹੇ ਹੋ ਤੁਸੀਂ ਪਰਚੀਆਂ ਲਿਫਾਫੇ ਚ ਪਾ ਸਾਰਾ ਕੁਛ ਹੋਰ ਲਿਫਾਫੇ ਜਾ ਕੇ ਪਾ ਆਪਾਂ ਡਾਕਟਰ ਨੂੰ ਦਿਖਾਵਾਂਗੇ ਕਿਹੜੀ ਕਿਹੜੀ ਦਵਾਈ ਚੱਲਦੀ ਸੀ ਇਹਦੀ ਬਾਈ ਰਿਪੋਰਟਾਂ ਤਾਂ ਮੰਗਾ ਆਉਂਦੀਆਂ ਕਿੱਥੇ ਆ ਛੋਟੀ ਹੁੰਦੀ ਚਿੰਤਪੁਰਨੀ ਤੋਂ ਮਾਈ ਤੋਂ ਮੰਗ ਕੇ ਲਈ ਕੁੜੀ ਤਿੰਨ ਮੁੰਡੇ ਆ ਤੇ ਤਿੰਨੇ ਮੁੰਡੇ ਘਰ ਛੱਡ ਕੇ ਕਿੱਥੇ ਆ ਮੁੰਡੇ ਹੁਣ ਪਤਾ ਨੀ ਸ਼ਾਂਤ ਕਰਨੇ ਨੀ ਉਹਦੇ ਕਿੱਥੇ ਕਿੱਥੇ ਹੈਗੇ ਤੇਰੇ ਨਾਲ ਬਣਦੀ ਨੀ ਉਹਨਾਂ ਦੀ ਬਣਦੀ ਨੀ ਆਪਣੀ ਮਰਜ਼ੀ ਤੇ ਮੰਮੀ ਮਰਨ ਤੋਂ ਬਾਅਦ ਬਸ ਆਪਣੀ ਮਰਜ਼ੀ ਕਰਨ ਲੱਗੇ ਫਿਰ ਨੀ ਮਰਜ਼ੀ ਨਾਲ ਉਹਨਾਂ ਨੇ ਕੀ ਕਰ ਲਿਆ ਕਿਸਾਨ ਕੇ ਨਹੀਂ ਜਾਣਾ ਅਭੀ ਲੈਣਾ ਪਹਿਲਾਂ ਇੱਥੇ ਰਹਿੰਦੇ ਤੁਸੀਂ ਹਾਂਜੀ ਫਿਰ ਜਲੰਧਰੋਂ ਆਏ ਕਿਉਂ ਕਰਾਇਆ ਕਿਉਂ ਵੇਟਰ ਆਹੋ ਤੇ ਉਹ ਕਹਿੰਦਾ ਮੈਂ ਰੋਟੀ ਦਾ ਖਵਾ ਸਕਦਾ ਸੀ ਕੁੜੀ ਨੂੰ ਇਲਾਜ ਨੀ ਕਰਾ ਸਕਦੇ ਕੀ ਖੋਲ ਕਾਕਾ ਮਾਨਸੀ ਦੀਆਂ ਵਿਚਾਰੀ ਦੀਆਂ ਸੈਸਕੀਆਂ ਨਾ ਜਿਹੜੀਆਂ ਬਸ ਪੁੱਤ ਬਸ ਠੀਕ ਹੋ ਜਾਣਾ ਮੇਰੇ ਪੁੱਤ ਨੇ ਠੀਕ ਹੋ ਜਾਣਾ ਆਪਾਂ ਹੁਣੇ ਹਸਪੀਟਲ ਚੱਲਦੇ ਹਾਂ ਹੋਸਪਿਟਲ ਹੀ ਜਾਣਾ ਮਾਨਸੀ ਵੀਰੇ ਪਾਸੇ ਕਰੋ ਰਾਹ ਖੁੱਲਾ ਕਰੋ ਕਿੱਥੇ ਡੈਡੀ ਇਹਦਾ ਹਾਂ ਬੈਠ ਵਿੱਚ ਬੈਠ ਉਹਨਾਂ ਦੇ ਕੱਪੜੇ ਆਪੇ ਦੇ ਦਾਂਗੇ ਤੈਨੂੰ ਉੱਥੋਂ ਨਵੇਂ ਮਿਲ ਜਾਣਗੇ ਇਹਦੇ ਵੀ ਕੱਪੜੇ ਅਸੀਂ ਆਪੇ ਨਵੇਂ ਦੇਵਾਂ ਪਿੱਛੇ ਰੱਖ ਲੈ ਜਾ ਕੇ ਰੱਖ ਲੈ ਰੱਖ ਲੈ ਕੀੜੇ ਬਹੁਤ ਲੜੀ ਜਾਂਦੇ ਭਾਈ ਇਹਨੂੰ ਨੀਵੇਂ ਹੀ ਰੱਖੀ ਸਿਰ ਉੱਚਾ ਨਾ ਕਰੀਏ ਨਾ ਉੱਧਰ ਨੂੰ ਮਾੜਾ ਹੋਰ ਖਿੱਚ ਕੇ ਕਰ ਲਾ ਪਰ ਇਹਨੂੰ ਲਈ ਕੁੜੀ ਦਾ ਸਿਰ ਨਾ ਉੱਚਾ ਕਰੀਏ ਅੱਛਾ ਨਹੀਂ ਨਹੀਂ ਆ ਸਿਰ ਸਾਹ ਲੈਣ 'ਚ ਦਿੱਕਤ ਆਊਗੀ ਨਹੀਂ ਤੈਨੂੰ ਠੀਕ ਆ ਜੀ ਗੱਡੀ ਸਟਾਰਟ ਕਰ ਪੁੱਤ ਤੇ ਬਸ ਇੰਨੀਆਂ ਕੀ ਸਾਡੀਆਂ ਬੇਨਤੀਆਂ ਜੀ ਅਰਦਾਸ ਕਰਿਓ ਜਿਹੜਾ
ਅਸੀਂ ਮਾਨਸੀ ਦੀ ਹੈਲਪ ਕਰ ਸਕੀਏ, ਮਾਨਸੀ ਦਾ ਟ੍ਰੀਟਮੈਂਟ ਕਰਾ ਸਕੀਏ, ਕਰੇ ਕਰਾਵੇ ਆਪੇ ਆਪ ਮਾਨਸ ਕੇ ਨਾ ਹੀ ਕੁਛ ਹੱਥ ਸਾਡੇ ਹੱਥ ਵੈਸੇ ਕੁਛ ਨਹੀਂ ਹੈਗਾ, ਕਰਨਾ ਕਰਾਉਣਾ ਤਾਂ ਉਹਨੇ ਹੀ ਆ। ਉਹਨੇ ਸਾਨੂੰ ਜ਼ਰੀਆ ਬਣਾਇਆ ਸ਼ਾਇਦ ਇਸ ਬੱਚੀ ਦੀ ਜ਼ਿੰਦਗੀ ਨੂੰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਚਾਉਣਾ, ਕਿਉਂਕਿ ਜਿਹੜੀ ਹਾਲਤ ਦੇ ਵਿੱਚ ਇੱਥੇ ਪਈ ਸੀ ਅੰਦਰ ਮਾਨਸੀ, ਉਹਨੂੰ ਕੀੜੀਆਂ ਖਾਈ ਜਾਂਦੀਆਂ ਸੀ, ਕੀੜੀਆਂ ਉਹਦੀ ਲੱਤ ਉਹਦੀ ਖੁੱਚਾ ਜਿਹੜੀ ਉਹਦੇ ਵਿੱਚ ਕੀੜੀਆਂ ਨੇ ਮੋਰੀਆਂ ਕਰਦੀਆਂ, ਘੂਰੀਆਂ ਕੀੜੀਆਂ, ਉਹ ਇੱਕ ਕੀੜੀ ਵੀ ਦੰਦੀ ਵੱਢ ਦੇਵੇ ਨਾ ਤੇ ਤਾਂ ਵੀ ਇਨਸਾਨ ਦੇ ਚੀਕਾਂ ਕਢਾਉਂਦੀ ਆ, ਤੇ ਇਹਦੇ ਬੱਚੀ ਦੇ ਸਰੀਰ ਦੇ ਉੱਤੇ ਕੀੜੀਆਂ ਕੀੜੀਆਂ ਭਰੀਆਂ ਪਈਆਂ ਸੀ। ਤੇ ਅੱਜ ਅਸੀਂ ਇਸ ਬੱਚੀ ਨੂੰ ਹਸਪਤਾਲ ਦਾਖਲ 35 ਰੁਪਏ ਵਿੱਚ ਇਹਦਾ ਟ੍ਰੀਟਮੈਂਟ ਕਰਾ ਸਕੀਏ, ਇਹ ਜ਼ਰੂਰ ਸਾਰੇ ਅਰਦਾਸ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰੋ ਪੁੱਤ ਆ ਗਏ ਸੀ ਮਗਰੀ ਤੁਰਨੀ ਗੱਡੀ ਤੋਂ। ਚਲੋ ਅਸੀਂ ਐਂਬੂਲੈਂਸ ਅੱਜ ਲੈ ਕੇ ਆਏ ਸੀ ਤਾਂ ਹੀ, ਕਿਉਂਕਿ ਸਾਨੂੰ ਬੱਚੀ ਦੀ ਕੰਡੀਸ਼ਨ ਪਤਾ ਲੱਗਦੀ ਸੀ ਵੀ ਬਹੁਤ ਜ਼ਿਆਦਾ ਮਾੜੇ ਹਾਲਾਤ ਆ, ਇੱਥੇ ਗੱਡੀ 'ਚ ਪਿੱਛੇ ਪਾ ਕੇ ਲੈ ਕੇ ਆਉਣਾ ਬਹੁਤ ਮੁਸ਼ਕਿਲ ਸੀ। ਆਧਾਰ ਕਾਰਡ ਵਗੈਰਾ ਲੈ ਗਿਆ ਜੀ ਉਹਨਾਂ ਵਾਲਾ? ਮਤਲਬ ਉਹ ਤਾਂ ਕੁੜੀ ਸਾਨੂੰ ਐ ਚਕਾਉਣ ਨੂੰ ਫਿਰਦਾ ਨੀ, ਜਿਵੇਂ ਕਟਰੂ ਬਸ਼ਰੂ ਹੁੰਦਾ। ਮੈਂ ਫੋਨ ਤੇ ਵੀ ਉਦਣ ਤੁਹਾਨੂੰ ਕਿਹਾ ਸੀਗਾ ਵੀ ਇਹ ਬੱਚੀ ਆ, ਕੋਈ ਕਟਰੂ ਬਸ਼ਰੂ ਨੂੰ ਵੀ ਅਸੀਂ ਲੈ ਜਾਵਾਂਗੇ ਆ ਕੇ, ਵੀ ਕੁੜੀ ਦੇ ਨਾਲ ਉਹਦਾ ਕੁੜੀ ਦਾ ਬਾਪ ਆਵੇ ਕੋਲੇ ਰਹੇ, ਜ਼ਿੰਮੇਵਾਰੀ ਉਹਦੀ ਆ, ਅਸੀਂ ਇਲਾਜ ਕਰਾ ਸਕਦੇ ਆ। ਹੁਣ ਬਾਰ ਬਾਰ ਇੱਕ ਗੱਲ ਕਹਿੰਦਾ ਸੀ ਵੀ ਮੈਨੂੰ ਛੁੱਟੀ ਨਹੀਂ ਦਿੰਦੇ, ਮੈਂ ਕਿਹਾ ਉਹ ਜਿਹਦੇ ਕੋਲ ਤੂੰ ਕੰਮ ਕਰਦਾ ਵੀ ਮੇਰਾ ਯਾਰ ਦੋਸਤ ਆ, ਤੇਰੇ ਉਹਨੇ ਜੁੱਤੀਆਂ ਮਾਰ ਦੇਣੀਆਂ ਇਸ ਗੱਲ ਤੇ ਵੀ, ਤੂੰ ਕਹਿੰਦਾ ਛੁੱਟੀਆਂ ਮਿਲ, ਤੂੰ ਉੱਥੇ ਸਾਡੇ ਸਾਹਮਣੇ ਤੂੰ 3-3 ਦਿਨ ਸ਼ਰਾਬ ਪੀ ਕੇ ਤੂੰ ਉੱਥੋਂ ਬੈਠਦਾ ਰਿਹਾ ਆ, ਛੁੱਟੀਆਂ ਕਰਦਾ ਰਿਹਾ ਆ, ਠੀਕ ਹੈ ਨਾ? ਤੇ ਹੁਣ ਤੱਕ ਆਪਣੀ ਕੁੜੀ ਵਾਸਤੇ ਇੰਨਾ ਟਾਈਮ ਵੀ ਨਹੀਂ ਹੈਗਾ ਵੀ ਸਿਵਲ ਹਸਪੀਟਲ 'ਚ ਕਿੰਨਾ ਟਾਈਮ ਲੱਗਦਾ। ਮੈਂ ਕਿਹਾ ਅਸੀਂ ਨਰਸ ਰਖਾ ਦੇਵਾਂਗੇ, ਤੂੰ ਨਾ ਜਾ ਦੇਖਣ, ਅਸੀਂ ਆਪ ਹੀ ਜਾ ਕੇ ਦੇਖ ਲਵਾਂਗੇ, ਜਿਨ੍ਹਾਂ ਨੇ ਪੈਸੇ ਦੇਣੇ ਉਹਨਾਂ ਨੇ ਆਪ ਹੀ ਦੇਖੀ ਜਾਣਾ। ਤੇ ਦੇਖੋ ਸ਼ਰਾਬੀ ਸੀਗਾ, ਐਬੀ ਸੀਗਾ, ਇਹ ਨਹੀਂ ਕੁੜੀ ਦੇ ਨਾਲ ਨਹੀਂ ਭੈਣ ਮੇਰੀ, ਜੇ ਤਾਂ ਉਹ ਰਹਿ ਗਿਆ ਉੱਥੇ ਫਿਰ ਤਾਂ ਸਹੀ ਹੋਈ ਆ, ਹੁਣ ਜੇ ਉਹ ਭਾਜੀ ਆਇਆ ਕੁੜੀ ਨੂੰ ਛੱਡ ਕੇ ਫਿਰ ਕੀ ਕਰ ਸਕਦੇ ਸਹੀ ਨੂੰ? ਮੈਂ ਤਾਂ ਭਾਜੀ ਇੱਕ ਗੱਲ ਜਾਣਦਾ, ਕਹਿੰਦੇ ਦੋ ਤਿੰਨ ਭਰਾ ਆਇਆ ਇਹਦੇ ਆਣੇ ਦੇ ਕੰਮ ਦਾ ਲੱਖ ਦੋ ਤਿੰਨ ਭਰਾ ਆਇਆ ਇਹ ਪਏ ਆ, ਪਰ ਮਾਂ ਤੋਂ ਬਿਨਾਂ ਨਹੀਂ ਇਹ ਇਹ ਇਹਨਾਂ ਵਿੱਚ ਕੋਈ ਵੀ ਦੇਖਣ ਵਾਲਾ ਨਹੀਂ ਹੈਗਾ, ਦਿਲ ਤਾਂ ਕਿਸੇ ਦਾ ਵੀ ਨਹੀਂ ਹੈਗਾ, ਜੇ ਕਹਿੰਦੇ ਨਾ ਵੀ ਇਹਦੇ ਕੋਈ ਦੇਖਣ ਵਾਲਾ ਹੈਗਾ, ਦੇਖਣ ਵਾਲਾ ਹੈ ਨਹੀਂ, ਦੇਖੂਗੇ ਬਸ ਦੇਖਦੇ ਆ, ਜੇ ਦੇਖ ਲੂ ਤਾਂ ਚੰਗੀ ਗੱਲ ਆ, ਨਹੀਂ ਤਾਂ ਪਰ ਉਹਦੀ ਜਿਹੜੀ ਹਾਲਤ ਹੋਈ ਆ ਇਹ ਪਿਓ ਦੀ ਗਲਤੀ ਕਰਕੇ ਹੋਈ ਆ, ਇਹ 100%। ਕੱਲ ਇਹਨੇ ਮੈਨੂੰ ਜਾਣ ਲੱਗੇ ਮੈਨੂੰ, ਤੁਸੀਂ ਦੇਖੋ ਬਾਈ ਜੀ ਉਹਦੇ ਕੀੜੀਆਂ ਕੁੜੀ ਦੇ ਪੂਰੀ ਲੱਤ ਖਾਈ ਜਾਂਦੀਆਂ, ਉਹਦੀ ਅੱਡੀ ਖਾ ਗਈ, ਹੁਣ ਪੂਰੀਆਂ ਕੀੜੀਆਂ ਦੀਆਂ ਲਾਈਨਾਂ ਬਣੀਆਂ ਹੋਈਆਂ, ਜਿਵੇਂ ਬਣਿਆ ਨਹੀਂ ਹੁੰਦਾ ਭੌਣ ਤੇ ਜਾਂਦੀਆਂ ਹੁੰਦੀਆਂ, ਉਦਾਂ ਲੱਖਾਂ ਹੀ ਕੀੜੀਆਂ ਉੱਥੇ ਨਿੱਕੀਆਂ ਨਿੱਕੀਆਂ ਬਰੀਕ ਬਰੀਕ, ਕੁੜੀ ਨੂੰ ਤਾਂ ਥੱਲੇ ਵਾਲੇ ਸਿਰ ਦੀ ਸੈਂਸੇਸ਼ਨ ਹੀ ਖਤਮ ਹੋ ਗਈ ਆ, ਨਹੀਂ ਤਾਂ ਉਹਦੀ ਪੇਨ ਤਾਂ ਹੁੰਦੀ ਹੋਈ ਨਾ, ਉਹਦੀ ਪੂਰੀ ਖੁੱਚ ਆ ਜਿਹੜੀ ਉਹਦੇ ਵਿੱਚ ਖੁੱਡਾਂ ਕੀਤੀਆਂ ਹੋਈਆਂ ਕੀੜੀਆਂ ਨੇ, ਤੇ ਅੱਡੀ ਆ ਉਹਦੀ, ਜਦੋਂ ਐਂ ਇੱਕੋ ਪਾਸੇ ਹੀ ਪਈ ਰਹਿੰਦਾ ਨਾ ਬੰਦਾ, ਹੁਣ ਆਪਾਂ ਹੀ ਆ, ਆਪਾਂ ਇੱਥੇ ਹੱਥ ਰੱਖ ਕੇ ਖੜ ਜਾਈਏ 5 ਮਿੰਟਾਂ 'ਚ ਸਾਰਾ ਗਿੱਲਾ ਹੋ ਜਾਂਦਾ, ਤੇ ਜੇ 5 ਘੰਟੇ ਐਂ ਰੱਖੀ ਰੱਖੀਏ ਤੇ ਆਹ ਮਾਸ ਦੋਨੇ ਆਹ ਗਲਨੇ ਸ਼ੁਰੂ ਹੋ ਜਾਣੇ ਆਪਣੇ, ਤੇ ਇੱਕ ਬੱਚਾ ਜਦੋਂ ਸਿੱਧਾ ਪਿਆ 5 ਦਿਨਾਂ ਤੋਂ 10 ਦਿਨਾਂ ਤੋਂ, ਤੇ ਉਹਨੂੰ ਕੋਈ ਪਾਸਾ ਦਿਵਾਉਣ ਵਾਲਾ ਵੀ ਹੈ ਨਹੀਂ ਗਾ, ਤਾਂ ਫਿਰ ਉਹਨੇ ਗਲਨਾ ਹੀ ਆ ਨਾ, ਉਹ ਜਿਹੜੀ ਗਲੀ ਹੋਈ ਸੀ ਅੱਡੀ ਉਹਦੇ ਵਿੱਚ ਕੀੜੀਆਂ ਨੇ ਖੁੱਡਾਂ ਕੇ ਪੱਟੀਆਂ ਹੋਈਆਂ ਸੀ। ਕਿੰਨੀ 30 ਤਰੀਕ ਆ ਮੈਨੂੰ ਸਵੇਰੇ ਆ ਕੇ ਕਹਿੰਦਾ ਮੇਰੀ ਕੁੜੀ ਬੋਲਣ ਹਟ ਗਈ ਸੀ, ਮੈਂ ਕਿਹਾ ਤੂੰ ਫਿਰ ਛੁੱਟੀ ਕਿਉਂ ਨੀ ਕਰਦਾ ਲੈ ਕੇ, ਕਿੰਨਾ ਰੁਕ ਜਾ ਬਸ, ਕੋਈ ਗੱਲ ਨੀ ਕੋਈ ਗੱਲ ਨੀ, ਤੁਸੀਂ ਲੈ ਕੇ ਚੱਲੋ, ਕੋਈ ਗੱਲ ਨੀ ਕੋਈ ਗੱਲ ਨੀ ਪੁੱਤ, ਅਸੀਂ ਆ ਗਏ ਮਗਰੀ, ਲੋ ਬੱਚੀ ਆ, ਰੁਕ ਜਾਓ ਆ ਗਿਆ ਮੈਂ ਇੱਥੇ।
ਆ ਫੋਨ ਤੁਹਾਡਾ ਵੀ ਨਹੀਂ ਕੰਮ ਸਾਰੇ ਆਪਣੇ ਆਪਣੇ ਦਾ ਆਇਆ ਬਾਈ ਬੱਚੀ ਦੀ ਡੈਥ ਹੋ ਗਈ ਰਾਤ ਹੈ ਡੈਥ ਹੋ ਗਈ ਬੱਚੀ ਦੀ ਉਹਨਾਂ ਦਾ ਫੋਨ ਆਇਆ ਅੱਛਾ ਤੂੰ ਵੀ ਮਗਰ ਆਇਆ ਸਾਡੇ ਨਾਲ ਇੱਕ ਮਿੰਟ ਕਿੱਥੇ ਬਾਈ ਆਇਆ ਭੈਣੇ ਤੂੰ ਵੀ ਦੋ ਮਿੰਟ ਬਹਿ ਜਾ ਗੱਡੀ ਚ ਆ ਜਾ ਇੱਥੇ ਹੀ ਖੜੇ ਬਾਲੀ ਦੂਰ ਨਹੀਂ ਗਏ ਦੇਖੋ ਜੀ ਅਸੀਂ ਗੱਡੀ ਮੂਹਰੇ ਤੋੜਤੀ ਸੀ ਬਹਿ ਜਾ ਭੈਣੇ ਬਹਿ ਜਾ ਕਰ ਲੈ ਬਹਿ ਕੇ ਤੈਨੂੰ ਬਹਿ ਜਾ ਭੈਣੇ ਤੇ ਰਸਤੇ ਚੋਂ ਸਾਨੂੰ ਫੋਨ ਆਇਆ ਸਾਡੀ ਗੱਡੀ ਦਾ ਸਾਡੀ ਗੱਡੀ ਦੇ ਵਿੱਚੋਂ ਫੋਨ ਆਇਆ ਤੇ ਗੈਸ ਬੰਦ ਕਰਨੀ ਸੀ ਤੇ ਕਹਿੰਦੇ ਬੱਚੀ ਸਾਹ ਨਹੀਂ ਲੈ ਰਹੀ ਬੱਚੀ ਦੇ ਸਵਾਸ ਪੂਰੇ ਹੋ ਗਿਆ ਕਹਿੰਦੇ ਕਿੱਥੇ ਖੜੇ ਆ ਅਸੀਂ ਅੱਜ ਹੀ ਵੈਰੀਫਾਈ ਕਰਾਇਆ ਜੀ ਸਾਰਾ ਇਹਦਾ ਕਿਉਂਕਿ ਅਸੀਂ ਦੇਖਣਾ ਹੁੰਦਾ ਕਿ ਇਹਦੇ ਵੀ ਗੱਲ ਕੀ ਆ ਵਿੱਚੋਂ ਸਾਨੂੰ ਜਿੰਨੇ ਭੈਣ ਮਿਲੀ ਅਸੀਂ ਪਤਾ ਕਰਾਇਆ ਜਿੰਨਾ ਕਿ ਨਾ ਸਾਨੂੰ ਸਾਰਿਆਂ ਨੇ ਇਹਦੇ ਬਾਪ ਬਾਰੇ ਦੱਸਿਆ ਵੀ ਬਾਪ ਇਹਨਾਂ ਦਾ ਇਹਦਾ ਸ਼ਰਾਬ ਪੀਂਦਾ ਵੀ ਉਹ ਕੇਅਰ ਨਹੀਂ ਕਰਦਾ ਬਿਲਕੁਲ ਹੀ ਵੀ ਉਹ ਕੇਅਰ ਨਹੀਂ ਕਰਦਾ ਬਿਲਕੁਲ ਹੀ ਹੁਣ ਵੀ ਮੈਨੂੰ ਉਹਨੇ ਉਤਰਦੇ ਸਾਰ ਹੀ ਥੱਲੇ ਆਹੀ ਗੱਲ ਪੁੱਛੀ ਵੀ ਮੈਂ ਮਿਲਣ ਆ ਜਾ ਕਰਾਂ ਮੈਨੂੰ ਮਿਲਣ ਦੇ ਦਿਆ ਕਰੋਗੇ ਮੈਂ ਕਿਹਾ ਯਾਰ ਤੂੰ ਮਿਲਣ ਦੀ ਗੱਲ ਕਰ ਤੂੰ ਰਹਿਣਾ ਹੀ ਉੱਥੇ ਆ ਅਸੀਂ ਗੱਡੀ ਦੇ ਮਗਰ ਆ ਜੀ ਸਾਨੂੰ ਫੋਨ ਆਇਆ ਮੂਹਰਲੀ ਗੱਡੀ ਚੋਂ ਵੀ ਬੱਚੀ ਸਾਹ ਨਹੀਂ ਲੈ ਰਹੀ ਬਾਈ ਗੱਡੀ ਟਾਕੀ ਖੋਲ ਖੜੇ ਗੱਡੀ ਨੂੰ ਜ਼ੋਰ ਨਹੀਂ ਲਾਉਣਾ ਪੁੱਤ ਇਹਨੇ ਵਿਚਾਰੀ ਨੇ ਇੰਨਾ ਹੀ ਸਫ਼ਰ ਤੈਅ ਕਰਨਾ ਸੀ ਓਏ ਓ ਵਾਹਿਗੁਰੂ ਖਾਧੀ ਪਈ ਸੀ ਵਿਚਾਰੀ ਓ ਵਾਹਿਗੁਰੂ ਸੱਚਿਆ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਨਸੀ ਆ ਜੀ ਹੁਣੇ ਅਸੀਂ ਲੈ ਕੇ ਤੁਰੇ ਸੀ ਰਸਤੇ 'ਚ ਬੱਚੀ ਆ ਦੇਖੋ ਪੂਰੀ ਹੋ ਗਈ ਆ ਮਾਨਸੀ ਮਾਨਸੀ ਇਹਦੇ ਨੇੜੇ ਹੋਸਪਿਟਲ ਹੈਗਾ ਜੀ ਕੋਈ ਨੇੜੇ ਤੇ ਕੋਈ ਹੋਸਪਿਟਲ ਹੈਗਾ ਹੈ ਜੀ ਕੋਈ ਪ੍ਰਾਈਵੇਟ ਪ੍ਰਾਈਵੇਟ ਆ ਜਾਂ ਆਕਾਸ਼ ਹੋਸਪਿਟਲ ਹੈਗਾ ਆਕਾਸ਼ ਹੀ ਲੈ ਚੱਲੋ ਕਰ ਗੱਡੀ ਕਹਿ ਕੇ ਆਕਾਸ਼ ਕੋਲ ਚੱਲ ਲੈ ਕੇ ਆ ਬੈਠ ਬੈਠ ਗੱਡੀ ਲਿਆ ਕਿੱਥੇ ਆਕਾਸ਼ ਆ ਜਾ ਔਰ ਇਹ ਸਾਹਮਣੇ ਹੈਗਾ ਔਰ ਇਹ ਹੋਸਪਿਟਲ ਹੀ ਸਾਹਮਣੇ ਬਹੁਤ ਯਾਰ ਮਾੜੀ ਗੱਲ ਹੋ ਗਈ ਆ ਤਾਂ
वाहेगुरु ने अज सू सेवा करन दा मौका भी नहीं दिता। कीड़िया खाई जांदियां सी बेचारी नूं कीड़िया। बस जिवें साडा हाथी लवाउणा हुंदा रब ने चको चको इधर ही जाके लवा जो। रो ना भीरे रो ना, हुण तू हौसला रख माड़ा जिहा। चको पुट चको चको पाओ हथ फटाफट पाओ। लै चलो फटाफट फटाफट लै चलो। ਬਾਜੀ ਬਿਮਾਰ ਆ ਬੱਚੀ, ਬਿਮਾਰ ਪਈ ਸੀ ਘਰੇ, ਚੱਕ ਕੇ ਲਿਆਂਦੀ ਬੱਚੀ ਆ ਜੀ। ਆ ਰਸਤੇ ਚ ਅਸੀਂ ਐਂਬੂਲੈਂਸ ਲਈ ਜਾਂਦੇ ਸੀ ਬੱਚਾ ਡਾਕਟਰ ਲਾ ਦੋ ਬਾਈ ਜੀ, ਮੈਂ ਚੈੱਕ ਹੀ ਕਰਾਉਣਾ ਬੱਚੇ ਦਾ ਡਾਕਟਰ ਮੈਂ ਨਹੀਂ ਦੇ ਸਕਦਾ। ਉਹ ਬਾਈ ਜੀ ਮੈਂ ਇਨਸਾਨੀਅਤ ਦੇ ਨਾਤੇ ਡਾਕਟਰ ਮੈਂ ਨਹੀਂ ਦੇ ਸਕਦਾ ਬਾਈ ਜੀ। ਇੱਕ ਪੂਰੀ ਹੋ ਚੁੱਕੀ ਅਸੀਂ ਮੈਂ ਦੇ ਸਕਦਾ ਮੈਂ ਸਰ ਇਨਸਾਨੀਅਤ ਤਾਂ ਦਿਖਾ ਦਿਓ ਬੱਚਿਆਂ ਡਾਕਟਰ ਦਾ ਸਾਹਮਣੇ ਆ ਜਦ ਤੁਸੀਂ ਡਾਕਟਰ ਸਾਹਿਬ ਸਰ ਬੱਚਿਆਂ ਦਾ ਡਾਕਟਰ ਐਮਬੀਬੀਐਸ ਡਾਕਟਰ ਹੋ ਸਰ ਤੁਸੀਂ ਹੱਥ ਨਹੀਂ ਲਾ ਸਕਦੇ ਬੱਚੀ ਨੂੰ ਡਾਕਟਰ ਅੰਕਲ ਸਰ ਜਾ ਨਾ ਮੈਂ ਨਹੀਂ ਡਾਕਟਰ ਦਾ ਉਹ ਵੀਰੀ ਭੈਣ ਮੇਰੀ ਮਾੜਾ ਜਿਹਾ ਦਰਦ ਦੇ ਇੱਕ ਚਾਰ ਦਿਨ ਵੀ ਡੈਥ ਹੋ ਗਈ ਹੈ ਕਿ ਜਿਉਂਦੀ ਆ ਜਿਉਂਦੀ ਆ ਕਿ ਨਹੀਂ ਜਿਉਂਦੀ ਬਸ ਅਸੀਂ ਇਹ ਦੇਖਣਾ। ਡਾਕਟਰ ਸਾਹਿਬ ਬੜੀ ਮਾੜੀ ਗੱਲ ਆ ਜਮਾਂ ਇਨਸਾਨੀਅਤ ਮਰ ਗਈ ਕਾਲਾ ਸਾਹਿਬ ਜਮਾਂ ਇਨਸਾਨੀਅਤ ਮਰ ਗਈ ਤੁਹਾਡੇ ਤਾਂ ਦੇਖੋ ਆਹ ਹਾਲਾਤ ਆ ਜੀ ਸਾਡੇ ਆਹ ਹਾਲਾਤ ਆ ਗਰੀਬ ਬੰਦਾ ਫਿਰ ਕਰੇ ਕਿੱਥੇ ਕਿੱਥੇ ਜਾਵੇ ਆਹ ਹਾਲਾਤ ਆ ਬੱਚੀ ਪੂਰੀ ਹੋ ਰਹੀ ਆ ਮਰ ਰਹੀ ਆ ਤੇ ਡਾਕਟਰ ਕਹਿ ਰਿਹਾ ਮੈਂ ਹੱਥ ਨਹੀਂ ਲਾ ਸਕਦਾ। ਆਹ ਹੋਸਪਿਟਲ ਆ ਜੀ ਆਕਾਸ਼ ਹੋਸਪਿਟਲ ਮੈਟਰਨਿਟੀ ਹੋਮ ਆਹ ਹੋਸਪਿਟਲਾਂ ਦੇ ਵਿੱਚ ਆਹ ਕੁਛ ਕਰਦੇ ਆ ਇਹ ਤੇ ਕਿੱਥੇ ਆ ਬੱਚਿਆਂ ਦਾ ਹਸਪਤਾਲ ਕਹਿੰਦੇ ਜੀ ਵਾਹ ਰੱਬਾ ਤੇਰੇ ਬਾਈ ਬੈਠ 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 ਨਾਲ ਨਾਲ ਬੈਠ ਆਹ ਵਾਰੀ ਖੋਲ ਕਰ ਮੈਂ ਬੈਠਾ ਅਲੀ ਮੂਹਰੇ ਬੈਠ ਤੂੰ ਆਪਣੇ ਅਮਿਤ ਤੂੰ ਉਹਦੇ ਪਾਸੇ ਬੈਠ ਬਾਈ ਪੈਰਾਂ ਵਾਲੇ ਪਾਸੇ ਛੱਡ ਦਿਓ ਖੋਲਦਾ ਬੈਠ ਤੂੰ ਅਮਿਤ ਤੁਸੀਂ ਗੱਡੀ ਲਿਆਓ ਮਗਰ ਆਹ ਬਾਰੀ ਇੱਧਰ ਨੂੰ ਖਿੱਚ ਮਾੜਾ ਬਾਈ ਇੱਧਰ ਨੂੰ ਖਿੱਚਣਾ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਖਿੱਚਣਾ ਬਾਈ ਆਪਦੇ ਵੱਲ ਨੂੰ ਐਨੂੰ ਆ ਵੀਰੇ ਜਾਣਾ ਇਹ ਤਾਂ ਪਤਾ ਲੱਗ ਗਿਆ ਨਾ ਉਹ ਪੁੱਛਣ ਗਿਆ ਵੀ ਬੱਚਿਆਂ ਦਾ ਹਸਪਤਾਲ ਕਿੱਥੇ ਆ ਯਾਰ ਕਿੱਡਾ ਮਾੜਾ ਸੀ ਯਾਰ ਬੰਦਾ ਹੈ ਡਾਕਟਰ ਕਿੱਡਾ ਮਾੜਾ ਬੰਦਾ ਯਾਰ ਇੱਥੋਂ ਮੁੜਨ ਨੂੰ ਕਹਿੰਦੇ ਬੱਚਿਆਂ ਦਾ ਹਸਪਤਾਲ ਇੱਥੇ ਕਿਤੇ ਅੱਗੇ ਅੱਗੇ ਉਹ ਨਾਲ ਹੀ ਮੋੜ ਕਿਤੇ ਰੇੜੀਆਂ ਲਗਾ ਨਾਲ ਹੀ ਮੋੜ ਲਿਆ ਉਹ ਕਿਤੇ ਰਾਛੀ ਲਗਾ ਨਾਲ ਅੰਦਰ ਮੋੜ ਲਿਆ ਹਾਂਜੀ ਮਾਨਸੀ ਅੰਦਰ ਨਾ ਕੇਂਦਰ ਮੋੜ ਓਏ ਮਾਨਸੀ ਮਾਨਸੀ ਪੁੱਤ ਉਹ ਪੁੱਤ ਆ ਗਏ ਸੀ ਬਸ ਅਸੀਂ ਆਹੀ ਕਹਿਣਾ ਸੀ ਵੀ ਅਸੀਂ ਤੇਰੇ ਮਾਮੇ ਆ ਗਏ ਆ ਅਸੀਂ ਪੁੱਤ ਤੇਰੇ ਮਾਮੇ ਆ ਗਏ ਯਾਰ ਉਹ ਮਾਨਸੀ ਤੇ ਮੋੜੇ ਉਹ ਸਾਹਮਣੇ ਨੇ ਦਾ ਉਧਰ ਉਹ ਗਲੀ ਅੰਦਰ ਬੱਕ ਮਾਨਸੀ ਪੁੱਤ ਮਾਨਸੀ ਉਹ ਗਲੀ ਉਹ ਸਾਹਮਣੇ ਨੇ ਦਾ ਉਹ ਤੇ ਬੱਚਾ ਦਾ ਹਾਂ ਹਰਜੀਤ ਕੀ ਨਾ ਹਰਜੀਤ ਇਹ ਵੀ ਮੈਟਰਨਿਟੀ ਹੋਮ ਹੀ ਆ ਮੈਟਰਨਿਟੀ ਹੋਮ ਹੀ ਆ ਇਹਨਾਂ ਨੇ ਵੀ ਉਹੀ ਕੋ ਕਹਿਣਾ ਭੈਣੇ ਮਾੜਾ ਪੇਸ਼ੈਂਟ ਦੇਖਿਓ ਪੇਸ਼ੈਂਟ ਦੇਖਿਓ ਭੈਣੇ ਮਾਨਸੀ ਉਹ ਮਾਨਸੀ 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 ਭੈਣੇ ਦੇਖਿਓ ਮਾੜਾ ਜਿਹਾ ਹੈ ਨੀ ਤੇ ਪਲੀਜ਼ ਭੈਣੇ ਤੁਸੀਂ ਗਲਵਸ ਦੇ ਦਿੰਦੇ ਹੋ ਤੁਸੀਂ ਟੱਚ ਤਾਂ ਕਰੋ ਚੈੱਕ ਤਾਂ ਕਰੋ ਹਾਂ ਬੁਲਾਓ ਪਲੀਜ਼ ਡਾਕਟਰ ਸਾਹਿਬ ਨੂੰ ਮਾਨਸੀ ਦੇਖੋ ਅੱਜ ਇਨਸਾਨ ਤੋਂ ਇਨਸਾਨ ਨੂੰ ਕਿੰਨਾ ਡਰ ਲੱਗਣ ਲੱਗ ਗਿਆ ਵੀ ਭੱਜ ਕੇ ਇੱਕ ਵਾਰੀ ਬੰਦਾ ਪਿੱਛੇ ਨੂੰ ਹਟਦਾ ਵੀ ਪਤਾ ਨਹੀਂ ਕਿੱਦਾਂ ਦੀਆਂ ਬਿਮਾਰੀਆਂ ਚੱਲੀਆਂ ਕੀ ਸਾਨੂੰ ਨਾ ਕੋਈ ਸਮੱਸਿਆ ਖੜੀ ਹੋ ਜਾਵੇ ਉਹ ਦੇਖੋ ਵੀਰ ਵਿਚਾਰਾ ਉੱਧਰ ਦੀ ਤੁਰ ਕੇ ਆਇਆ ਭੱਜ ਕੇ ਉਸ ਹਸਪਤਾਲ ਤੋਂ ਉੱਧਰ ਦੀ ਵਿਚਾਰਾ ਭੱਜ ਕੇ ਆਇਆ ਕਿਉਂਕਿ ਇਹਨੇ ਸਾਨੂੰ ਦੱਸਿਆ ਸੀ ਬਾਈ ਨੇ ਪਰ ਸਾਡੇ ਸ਼ਹਿਰ ਕਰਮਾਂ ਦੇ ਵਿੱਚ ਮਾਨਸੀ ਦੀ ਸੇਵਾ ਇੰਨੀ ਹੋਈ ਲਿਖੀ ਹੋਈ ਸੀ
पर बड़ी दुख की गल अज ओ मानसी 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 ओ मानसी भैने देखियो माड़ा जहा प्लीज अगला काका गिलास दे दो ये भैने घर च ही पई थी कितने दिनों तो असं लैके चले थे इन्हों इलाज लिए रस्ते च ही बस हूँ ही असं चक्या गड्डी च पाया पां चार किलोमीटर के एरिए आके बस डैथ हो गई हाँ जी हूँ बस जस्ट सामने गड्डी खड़ी इतने चल काका चल मूहे बैठा ली अपने तू पिछली गड्डी बैठ लगी फिर वो खुली रहने बारी हाथ पा के रखी बारी तीजे हॉस्पिटल लेके चले हैं जी देखो सिर्फ एक की है जी की करिए बस की करिए जी असी साढ़े बच्चे कनेडा अमरीका नू कातों भज रहे हैं जी आही कारण है जी इत्थे कोई नहीं पुछदा भाई इत्थे कोई नहीं पुछदा गरीब दा कोई नहीं हैगा इत्थे भाई हैगा जी अंदर कोई डॉक्टर सर प्लीज बुलायो स्टेज मैम प्लीज आ चेक करियो जी बच्चे हॉस्पिटल डॉक्टर अग्रवाल का हॉस्पिटल है ना उतो सानू डॉक्टर ने भेजा जी बच्ची ज्यादा ढिली आ हाँ प्लीज तुसी देख तो लो कि नर्सिंग स्टाफ हाँ तुसी भी वेल एजुकेटेड हो प्लीज देखो सही आके मानसी ए मानसी मानसी ਸਸਿਕਾਲ ਵੀਰੇ ਸਸਿਕਾਲ ਪਲਸ ਹੈਗੀ ਆ ਰਿਹਾ ਯਾਰ ਪਲਸ ਹੈਗੀ ਹੈ ਜੀ ਹਜੇ ਦੇਖੋ ਪਲੀਜ਼ ਭੈਣੇ ਹੇ ਵਾਹਿਗੁਰੂ ਤੀਜੇ ਹੋਸਪਿਟਲ 'ਚ ਆਏ ਜੀ ਅਸੀਂ ਸਿਰਫ ਇਹ ਡਿਕਲੇਅਰ ਚੈੱਕ ਕਰਾਉਣ ਲਈ ਵੀ ਕੀ ਬੱਚੀ ਠੀਕ ਆ ਉਹਦਾ ਬਾਪ ਬੈਠਾ ਵਿਚਾਰਾ ਹੈਨੀ ਹੈਂਜੀ ਕੀ ਕਰੀਏ ਜੀ ਹੁਣ ਕਿਸੇ ਹੋਰ ਹਸਪਤਾਲ ਇੱਥੇ ਨੇੜੇ ਹੈਗਾ ਜੀ ਕੋਈ ਹਸਪਤਾਲ ਹੋਰ ਪਲੀਜ਼ ਲਾਓ ਜੀ ਅਸੀਂ ਉੱਥੇ ਹੀ ਆਇਆ ਜੀ ਉਹਨਾਂ ਨੇ ਅੰਦਰ ਵੀ ਡਾਕਟਰ ਨੇ ਹੱਥ ਵੀ ਨਹੀਂ ਲਾਇਆ ਆਕਾਸ਼ਦੀਪ ਵਾਲਿਆਂ ਨੇ ਹੱਥ ਨਹੀਂ ਲਾਇਆ ਡਾਕਟਰ ਬੀ ਐਸ ਕਿਹੜਾ ਸੀਗਾ ਹਾਂਜੀ ਡਾਕਟਰ ਬੀ ਐਸ ਨੇ ਹੱਥ ਵੀ ਨਹੀਂ ਲਾਇਆ ਦੇਖੋ ਕਿੱਡੀ ਸ਼ਰਮ ਦੀ ਗੱਲ ਆ ਵੀ ਡਾਕਟਰ ਉੱਥੇ ਡਾਕਟਰ ਸੀਗਾ ਹਾਜ਼ਰ ਵੀਰੇ ਅਪੋਲੋ ਜਾਣਾ ਅਪੋਲੋ ਅਪੋਲੋ ਹੋਸਪਿਟਲ ਅਪੋਲੋ ਹੋਸਪਿਟਲ ਆ ਕਹਿੰਦੇ ਅੱਗੇ ਬੱਚਿਆਂ ਦਾ ਪਤਾ ਤੁਹਾਨੂੰ ਆ ਗੱਡੇ ਲਾਓ ਗੱਡੀ ਲਾਓ ਕੇ ਲਾਸਟ ਤੋਂ ਮੁੜੀਏ ਲਾਸਟ ਤੋਂ ਚੱਲ ਬਾਈ ਚੱਲ ਤੋਰ ਤੋਰ ਦੇਖੋ ਕਿੰਨੇ ਮੈਂਬਰ ਦੇਖ ਰਹੇ ਆ 1500 ਬੰਦਾ ਤੁਸੀਂ ਦੇਖ ਰਹੇ ਹੋ ਜੀ ਆਹ ਦੇਖ ਲਓ ਆਹ ਹਾਲਾਤ ਆ ਹੁਣ ਚੌਥੇ ਹਸਪਤਾਲ ਚੱਲੇ ਆ ਸਿਰਫ ਆਹੀ ਦਿਖਾਉਣ ਲਈ ਵੀ ਮਾਨਸੀ ਨੂੰ ਹੋਇਆ ਕੀ ਆ ਕੀ ਮਾਨਸੀ ਹੈਗੀ ਆ ਕਿ ਨਹੀਂ ਹੈਗੀ ਚੌਥਾ ਹਸਪਤਾਲ ਆ ਸਾਡੇ ਆਹ ਹਾਲਾਤ ਆ ਸਾਡੇ ਪੰਜਾਬ ਦੇ ਵਿੱਚ ਸਾਡੇ ਸਰਕਾਰੀ ਸਿਸਟਮ ਨੂੰ ਜਰ ਲੱਗੀ ਪਈ ਆ ਤੇ ਸਿਵਲ ਹਸਪਤਾਲ ਕਿੱਥੇ ਪਤਾ ਅੱਗੇ ਉੱਧਰ ਹੀ ਆ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਉਹ ਹੱਥ ਨਹੀਂ ਲਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਇਹਦੇ ਚੋਂ ਕਮਾਈ ਨੂੰ ਕਹਿ ਨਹੀਂ ਕੋ ਕੱਢਣ ਨੂੰ ਉਹਨਾਂ ਨੂੰ ਪਤਾ ਇਹਦੇ ਚੋਂ ਕੱਢਣ ਨੂੰ ਕੁਛ ਨਹੀਂ ਹੈਗਾ ਉਹ ਐਨ ਜੀ ਓ ਨੂੰ ਸਾਨੂੰ ਦੇਖ ਕੇ ਵੀ ਉਹਨਾਂ ਨੂੰ ਐ ਹੋ ਜਾਂਦਾ ਭਾਈ ਯਾਰ ਬਹੁਤ ਦੁੱਖ ਆ ਭਾਈ
ਸਾਡੇ ਲੋਕ ਐਵੇਂ ਹਾਂ ਤੇਰੇ ਵਾਲੇ ਪਾਸੇ ਨੂੰ ਐਵੇਂ ਨਹੀਂ ਪਿੱਟਦੇ ਸਾਡੇ ਜਵਾਕ ਐਵੇਂ ਨਹੀਂ ਬਾਹਰ ਨੂੰ ਭੱਜੇ ਜਾਂਦੇ ਲੋਕਾਂ ਦੇ ਮਾਂ ਬਾਪ ਬੱਚਿਆਂ ਦੇ ਐਵੇਂ ਨਹੀਂ ਡਰਦੇ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਬਾਈ ਆਹ ਕੱਲ੍ਹ ਮਾਂ ਦਾ ਪੁੱਤ ਮਾਰਤਾ ਕਿ ਮਾਰ ਕੇ ਗੋਲੀਆਂ ਕਿੱਡਾ ਟੈਲੈਂਟ ਸੀ ਉਹਦੇ 'ਚ ਬੱਚੇ 'ਚ ਅਤੇ ਆਪਦੇ ਟੈਲੈਂਟ ਦੇ ਸਿਰ 'ਤੇ ਕਲਮ ਦਾ ਧਨੀ ਸੀ ਉਹ ਅਤੇ ਕਿਹੜਾ ਹਾਂ ਵਾ ਬੋਲੋ ਚਾਈਲਡ ਹੋਸਪਿਟਲ ਹਾਂ ਆ ਗਿਆ ਬੱਚਿਆਂ ਦਾ ਇੱਥੇ ਮਹਾਰਾਜ ਮਿਹਰ ਕਰੇ ਚੌਥੇ ਹੋਸਪਿਟਲ 'ਚ ਆਏ ਹਾਂ ਸਿਰਫ ਇਹ ਗੱਲ ਪਤਾ ਕਰਨ ਲਈ ਕਿ ਮਾਨਸੀ ਉਹ ਮਾਨਸੀ ਬਸ ਮਾਨਸੀ ਨੇ ਸਾਡੇ ਸ਼ਹਿਰ ਚਿਹਰੇ ਦੇਖਣੇ ਸੀ ਆਖਰੀ ਸ਼ਾਇਦ ਮਾਨਸੀ ਨੇ ਸਾਡੇ ਨਾਲ ਆਖਰੀ ਗੱਲ ਕਰਨੀ ਸੀ ਸਿਰ 'ਤੇ ਹੱਥ ਰੱਖ ਕੇ ਪਹਿਲੀ ਪੌੜੀ ਦਾ ਪਾਠ ਸ਼ਾਇਦ ਸੁਣਨ ਨੂੰ ਬੈਠੀ ਸੀ ਡੀਕਦੀ ਸੀਗੀ ਸ਼ਾਇਦ ਮਾਨਸੀ ਨੂੰ ਸਾਡੇ ਇਹਨਾਂ ਕਰ ਚੁੱਕੀ ਹੱਥਾਂ ਦਾ ਹੀ ਇੰਤਜ਼ਾਰ ਸੀ ਵੀ ਅਸੀਂ ਆ ਕੇ ਹੱਥ ਲਾਈਏ ਸ਼ਾਇਦ ਮਾਨਸੀ ਨੇ ਉਸ ਕਮਰੇ 'ਚੋਂ ਨਿਕਲ ਕੇ ਅੱਜ ਆ ਸਫ਼ਰ ਕਰਨਾ ਸੀ ਜਿਹੜਾ ਇਹਨੇ ਚਾਰ ਤਿੰਨ ਚਾਰ ਕਿਲੋਮੀਟਰ ਦਾ ਕੀਤਾ ਵਾ ਪਾਣੀ ਪਿਲਾ ਦੇ ਧੀਰੂ ਯਾਰ ਸ਼ਾਇਦ ਮਾਨਸੀ ਦੇ ਕਰਮਾਂ ਦੇ ਵਿੱਚ ਉਸ ਕਮਰੇ 'ਚੋਂ ਨਿਕਲ ਕੇ ਆਉਣਾ ਹੀ ਲਿਖਿਆ ਹੋਇਆ ਸੀ ਥੱਲੇ ਚੱਕ ਕੇ ਪੌੜੀਆਂ ਤੋਂ ਅਸੀਂ ਲੈ ਕੇ ਆਉਣਾ ਸੀ ਅਤੇ ਉੱਥੋਂ ਲਿਆ ਕੇ ਮਾਨਸੀ ਨੂੰ ਭੈਣੇ ਆਇਓ ਪਲੀਜ਼ ਮਾੜਾ ਦੇਖਿਓ ਮਾਨਸੀ ਹੁਣੇ ਭੈਣੇ ਰਸਤੇ 'ਚ ਹੀ ਯਾਨੀ ਕਿ ਤਿੰਨ ਚਾਰ ਮਿੰਟਾਂ ਦੇ ਵਿੱਚ ਹੀ ਜੋ ਹੋਇਆ ਪੰਜ ਸੱਤ ਮਿੰਟਾਂ 'ਚ ਹੀ ਹੋ ਗਿਆ ਜੋ ਹੋ ਗਿਆ ਵਾਹਿਗੁਰੂ ਹੇ ਵਾਹਿਗੁਰੂ ਸੱਚਾ ਪਾਤਸ਼ਾਹ ਹੈ ਨਹੀਂ ਸਿਰਫ ਇੱਕ ਹਾਂ ਜਵਾਬ ਸੁਣਨ ਲਈ ਸਾਨੂੰ ਚੌਥੇ ਹਸਪਤਾਲ ਤੱਕ ਕਰਾਉਣਾ ਪਿਆ ਕੀੜੀਆਂ ਖਾਈ ਜਾਂਦੀਆਂ ਸੀ ਮਾਨਸੀ ਨੂੰ ਜਿਉਂਦੇ ਜੀ ਪਈ ਨੂੰ ਕੀੜੀਆਂ ਬਾਪ ਦੀ ਮਜਬੂਰੀ ਕਰਦਾ ਸੀ ਤਿੰਨ ਬੇਟੇ ਸੀ ਇੱਕ ਬੇਟੀ ਸੀ ਬਾਈ ਹੁਣੇ ਸਾਨੂੰ ਉੱਥੇ ਲਾਈਵ ਜਿਹੜੀ ਬਾਈ ਆ ਸੀ ਜਦੋਂ ਇਹਨੂੰ ਲੈ ਕੇ ਆਏ ਘਰੋਂ ਚੱਕਿਆ ਗੱਡੀ 'ਚ ਪਾਇਆ ਉਹਦੇ 'ਚ ਇਹ ਗੱਲ ਕਹਿ ਰਿਹਾ ਸੀ ਵੀ ਮਹਾਮਾਈ ਤੋਂ ਮੰਗ ਕੇ ਲਈ ਸੀ ਧੀ ਦੋ ਜੋੜੇ ਪੁੱਤ ਸੀ ਇੱਕ ਹੋਰ ਪੁੱਤ ਹੋਇਆ ਤਿੰਨ ਪੁੱਤਾਂ ਤੋਂ ਬਾਅਦ ਧੀ ਮੰਗ ਕੇ ਲਈ ਸੀ ਪਰ ਆ ਬੈਠਾ ਕਿਸਮਤ ਦਾ ਮਾਰਿਆ ਹੋਇਆ ਇਹਦਾ ਬਾਪ ਧੀ ਇੱਧਰ ਆਏਗਾ ਕਿ ਧੀ ਦੇ ਉੱਤੇ ਹੱਥ ਰੱਖੀ ਬੈਠਾ ਆਪਣੀ ਕਿਸਮਤ ਨੂੰ ਕੋਸ ਰਿਹਾ ਜਾਂ ਇਹਨਾਂ ਮਾੜੇ ਘਟੀਆ ਸਿਸਟਮ ਨੂੰ ਬਣਾਉਣ ਵਾਲੇ ਚਲਾਉਣ ਵਾਲੇ ਉਹਨਾਂ ਘਟੀਆ ਲੀਡਰਾਂ ਬਾਰੇ ਸੋਚ ਰਿਹਾ ਜਾਂ ਇਹਨੂੰ ਸਮਝ ਨਹੀਂ ਆ ਰਹੀ ਇਹ ਕੀ ਕਰੇ ਕਰੇ ਕੀ ਅਤੇ ਕਿੱਥੇ ਜਾਵੇ ਹੁਣ ਭਾਂਡੇ ਮਾਂਜ ਕੇ ਢਾਬੇ 'ਤੇ ਰੋਟੀ ਖਵਾਉਂਦਾ ਸੀ ਆਪਣੀ ਧੀ ਨੂੰ ਪਰ ਇਲਾਜ ਨਹੀਂ ਕਰਾ ਸਕਦਾ ਸੀ ਕਿੰਨੇ ਮਹੀਨੇ ਹੋ ਗਏ ਸੀ ਇਹਦੇ ਸੱਟ ਲੱਗੀ ਨੂੰ ਵੀਰੇ ਰੋਣਾ ਹੁਣ ਰੋਣਾ ਰੋਣਾ ਹੌਸਲਾ ਰੱਖ ਹੁਣ ਹੌਸਲਾ ਰੱਖ ਕਿੰਨੇ ਮਹੀਨੇ ਹੋ ਗਏ ਸੱਟ ਲੱਗੀ ਨੂੰ ਵੀਰੇ ਪਤਾ ਨਹੀਂ ਮੈਨੂੰ ਸਾਲ ਹੀ ਹੋ ਗਿਆ ਸੀ ਆਪਰੇਸ਼ਨ ਕਰਾਇਆ ਨੂੰ ਹੋ ਗਏ ਤਿੰਨ ਚਾਰ ਮਹੀਨੇ ਦੂਜੇ ਮਹੀਨੇ ਕਰਾਇਆ ਸੀ 13 ਤਰੀਕ ਸੱਟ ਕਿੱਥੇ ਲੱਗੀ ਸੀ ਇਹਦੇ ਗੋਡੇ ਦੇ ਲੱਗੀ ਨਹੀਂ ਮਤਲਬ ਕਿੱਥੇ ਲੱਗੀ ਸੀ ਕਿੱਥੇ ਸੀ ਉਹਦੇ ਤੁਹਾਡੇ ਕੋਲ ਸੀ ਹਾਂਜੀ ਅੱਜ ਜਲੰਧਰ ਦਾ ਆਪਣੇ ਕੋਲ ਸੀ ਕੀ ਹੋਇਆ ਸੀ ਉਹ ਸੱਟ ਕਿਵੇਂ ਲੱਗ ਗਈ ਸੀ ਖੇੜੀ ਖੇੜੀ ਦੇ ਲੱਗ ਗਈ ਜੀ ਬੱਚੇ ਖੇਡਦੇ ਪਏ ਫਿਰ ਗੋਡੇ ਦੇ ਲੱਗ ਗਈ ਗੋਡਾ ਟੁੱਟ ਗਿਆ ਸੀ ਚਲੋ ਚੰਗੀ ਬੜੀ ਚੱਲ ਜੀ ਵੈਸੇ ਹੁਣ ਪਿਛਲੇ ਮਹੀਨੇ 2 ਤਰੀਕ ਨੂੰ ਤਾਂ ਦੂਜੇ ਮਹੀਨੇ ਦੀ ਜਗਦਮ ਗੋਡਾ ਜ਼ਿਆਦਾ ਖਰਾਬ ਹੋ ਗਿਆ ਸੀ ਫਿਰ ਸਿਵਲ ਫਿਰ ਪ੍ਰਾਈਵੇਟ ਲੈ ਗਿਆ ਨੂਰ ਉੱਥੇ ਪੈਸੇ ਬਹੁਤ ਮੰਗਦੇ ਪਏ ਸੀ ਫਿਰ ਸਿਵਲ ਜਿਹੜਾ ਗਿਆ ਸਿਵਲ 'ਚ ਇੰਨਾ ਲਿਆਉਂਦੀ ਉਸ ਵਕਤ ਕੋਈ ਇੰਨੀ ਹੈ ਨਹੀਂ ਹਿਸਾਬ ਦਾ ਉੱਥੇ ਕੀ ਦੱਸੀ ਬਾਜੀ ਪੈਸਾ ਚਾਹੀਦਾ ਇਲਾਜ ਕਰਵਾ ਲਓ ਤਾਂ ਨਹੀਂ ਕੋਈ ਦੁਨੀਆ ਪੈਸਾ ਹੈ ਨਹੀਂ ਸੀ ਇਲਾਜ ਹੋਇਆ ਨਹੀਂ ਲਿਆ ਕੇ ਘਰੇ ਪਾ ਲਈ ਕਦੀ ਦਵਾਈ ਥੋੜ੍ਹੀ ਚੱਲਦੀ ਰਹੀ ਦਵਾਈ ਦਿਨ ਦੇਰ ਬਸ ਖਾਂਦੀ ਵੀ ਤਿੰਨ ਚਾਰ ਦਿਨ ਖਾਂਦੀ ਵੀ ਤਾਂ ਕੁਛ ਨਹੀਂ ਸੀ ਕਦੀ ਕਹਿੰਦੇ ਉਹ ਖਾਣਾ ਉਹ ਲਿਆ ਕੇ ਆਉਂਦਾ ਸੀ ਇੱਕ ਦਿਨ ਦਾ ਵੀ ਨਹੀਂ ਖਾਣਾ ਮੈਂ ਪਾਣੀ ਪੀ ਪੀ ਕੇ ਬਸ ਮੈਂ ਤੁਹਾਡੀ ਵੇਟ ਕਰਦਾ ਤਾਂ ਮੈਂ ਕੁੜੀ ਤੁਸੀਂ ਕਰ ਲਓਗੇ ਤੁਸੀਂ ਆਪਣੀ ਬੜੀ ਕਿਰਪਾ ਕੀਤੀ
पर ये विश्वास नहीं सी हैगी साडे कर्मां च भाई सेवा है नहीं सी। देखो इस धी की सेवा साडे कर्मां च नहीं सीगी। वीरे उन्होंने फोन किया असी कल वेरीफाई कराया भी पता, क्योंकि साडा भी एक प्रोसीजर आ जो इन्होंने बच्ची की कल, पर बच्ची की हालत बिल्कुल ठीक सी। जो इन्होंने फोटो भेजी इन्होंने दस्या भी लत्त दे उत्ते ना फ्रैक्चर आ, कहिंदे चलो सानू ऐ सी भी लत्त टुटी हुई है बच्ची की भी कल जाके लैके आवांगे। अज हुण माता जी की डैथ हो गई थी, कल रात ही डैथ हो गई थी। अज असी संस्कार किया माता का, तो उत्थे भेज के माता की संस्कार की जिम्मेवारी सारी पूरी करके फिर असी इधर नूं तुरे हाँ। वह भी तुसीं सारे ने लाइव वीडियो देखिया माता दलजीत कौर की डैथ हो गई। तो जो असी इत्थे आए हाँ हुण तो बच्ची की हालत देख के उन्हूं कीड़ियाँ खाई जांदियां, उहदी पूरी खुच ज्यौंदे बंदे नूं कीड़ियाँ बच्चे नूं खाई जांदियां, पूरियां कीड़ियाँ एड्डी वड्डी खुड की पई सी एक लत्त च एक अड्डी दे विच, ते डायपर लिपड़िया होया लैटरीन ना पई, बच्ची सारी बैक साइड उहदी गली पई सी। बाप सारा दिन ढाबे ते कम करदा, अथन सवेर आके रोटी खवा दिंदा सी, ढाबे तों आके डायपर बदल दिंदा सीगा। मां नूं मरी नूं 7 साल हो गया, 6-7 साल हो गए, 2016 च मां चढ़ाई कर गई सी इहदी शकुंतला देवी। ते अज तीन भरावां दी भैण लवार सालत च पई सी एक किसम दी उत्थे, पर हैप्पी है वीर जिन्हों दर्द आया, जिन्हों अज तो 3 दिन पहला पता लग्या भी ये इस हालत च पई आ, इन्हें अपने वलियों NGO संस्थावां ट्राई की कोशिश की जिदे फलस्वरूप असी अज इत्थे पहुंचे सी। पर अज मानसी नूं असी जदों उपरों लैके आए हाँ, तुसीं सारयां ने देखिया लाइव दे विच, नहीं देखिया तां 1 घंटा पहला असी लाइव होए सी करीब, वह देखो खोल के मानसी बहुत माड़ी हाल सी, अखां एडियां सुजियां पईयां सी, खुलदियां भी नहीं सीगियां, कीड़ियां खाई जा रही थी, बस अखा खोलियां माड़ियां जी, 2-3 बारी बोली आ माड़ी जी, हाए हाए करी गई आ, जदों माड़ी जी लत्त हिलाउंदे सी हाए हाए करती सी बेचारी, डायपर बदलिया पजामा पाया आ फराक पाई आ, फराक पा के डायपर बदल के असी फटाफट उमी चक के कंबल सने गड्डी च लिया के पा लिया, असी फटाफट एंबूलेंस तोड़ती क्योंकि सानू पता सी हालत ठीक नहीं मानसी दी। तो हजे उत्थों निकल के 5 किलोमीटर बाहर आए सी, 4-5 किलोमीटर ही, तो रस्ते दे विच ही सानू समर ने कॉल की, गड्डी चलाउंदा सी नाल धीरू सीगा, नाल इहदे पापा सीगे, उहने रौला पाउणा शुरू करता भी इह साह नहीं लै रही साह नहीं लै रही, गड्डी रोकी फटाफट असीं भी पहुँचे तां बच्ची दी वाकई प्राण पखेरू हो चुके सी। फटाफट चक्या उत्थे आकाश हॉस्पिटल दे विच लै गए असीं, देखो किड्डी दुख दी गल आ। अज उह डाक्टर दा मैनूं तां चेहरा रावण वर्गा लग्गिया यार भाई, वह डाक्टर चंगा भला उत्थे MBBS डाक्टर बैठा, वह कहिंदा जी लै जाओ मैं नहीं हत्थ लाउणा इहनूं। असीं कहा भाई चेक करके दस दे माड़ा जिहा उहनूं उत्थे, माड़ा जो जे थोड़ी जी भी मदद कर दिंदे की हो जाणा सी, CPR दे दिंदे थोड़ी जी तसल्ली, शायद बच्ची दे साह मुड़े आउंदे। नौजवान आ बच्ची, कहिंदा कोई 80 साल का बजुर्ग सी 90 साल का, पर वह कहिंदा नहीं नहीं लै जाओ, कहिंदा इत्थे ना खड़ो लै जाओ मैं नहीं हत्थ लाउणा। असीं मिहनतां कीतियां भाई यार एक वारी देख तां लै यार तूं डाक्टर आ यार भाई, पर भाई वह एड्डा वड्डा आकाश हस्पताल का मालिक डाक्टर सानू कहिंदा नहीं तुसीं बाहर लै जाओ बस। उस तो बाद 3 हस्पतालों च गए, एक होर गए वह भी कहिंदे नहीं जी तुसीं अगे लै जाओ, एक होर गए वह कहिंदे डाक्टर है नहीं अगे लै जाओ। तो इतने हॉस्पिटल आए हैं घट्टो घट्ट तसली तो दी ना, इतने भैन ने देख के सानू ये तो दसता भी वीरे है नहीं गी, ठीक है एक अपनी ड्यूटी तो है ना, एक पैरा जिहड़ा मैडिकल स्टाफ आ इन्हां नूं नॉलेज आ, इन्हां दे कोर्स किए हुए आ, इन्हां नूं पता आ भी किहड़ी चीज़ नूं किद्दां देखणा, असीं उस तरीके नाल नहीं देख सकते। हालांकि असीं भी देख सानू दिखदा सीगा भी उहदे शरीर दे विच साह नहीं बचे, पर एक रिकमेंड डॉक्टर ही कर सकदा ना, एक दस्सता उही सकदा ना। तो अज हुण भैण ने अंदरों आके जे सानू एक मिनट दे विच दी देख के उहदी नब्ज टटोल के क्लीयर करता भी नहीं वीरे है नहीं गी, तो 4 हॉस्पिटलों के विच दी असीं गेड़ा ला के अगे दी अगे सानू भेजा गया। जे हुण इह भी आया नूं इही कहिंदे भी लै जाओ जी अगे लै जाओ साडे डॉक्टर है नहीं जां कुछ, कोई माड़ी मोटी इंसानियत तां बची होनी चाहीदी है जी। आ भाई उहनां ने सानू उत्थे खड़िआं नूं देखिआ डॉक्टर दे ये मूहरे गड्डी ला के लैके आए, क्योंकि सानू इत्थे पता ही नहीं हॉस्पिटल है कित्थे आ, सानू पता ही नहीं अपोलो हॉस्पिटल इत्थे हैगा कोई बच्चों का। पर अज बड़ा अफसोस होया भी साढ़े भी ये मेहनत नहीं पल्ले पई, बच्ची की असी सेवा नहीं कर सके। हैप्पी वीर ने बहुत कोशिश की अपने वलियों, पर जो कर्मों के लिखे ना जिन्ने सवास इंसान के लिखे हुए
ਉੱਥੋਂ ਇੱਕ ਮਿੰਟ ਨਹੀਂ ਅੱਗੇ ਵੱਧ ਸਕਦਾ ਬੰਦਾ। ਸਵਾਸਾਂ ਦੀ ਪੂੰਜੀ ਜਿੰਨੀ ਹੈ, ਜਿੰਨੀ ਸੇਵਾ, ਜੇ ਇਹਦੇ ਕਰਮ ਹੁੰਦੇ ਤਾਂ ਸ਼ਾਇਦ ਅਸੀਂ ਕੱਲ੍ਹ ਹੀ ਆ ਕੇ ਲੈ ਜਾਂਦੇ ਇਹਨੂੰ। ਜੇ ਇਹਨੇ ਵਧੀ ਹੁੰਦੀ ਤਾਂ ਉਪਰਾਲੇ ਹੋ ਜਾਂਦੇ ਆ। ਜਿਹਦੀ ਵਧੀ ਨਹੀਂ ਹੈਗੀ ਉਹ ਚਾਹ ਕੇ ਵੀ ਆਪਾਂ ਕੁਛ ਨਹੀਂ ਕਰ ਸਕਦੇ। ਇਸ ਪਰਿਵਾਰ ਨੂੰ ਆ ਭੈਣ ਉਹਨਾਂ ਦੀ ਹੱਟੀ ਆ ਉੱਥੇ, ਇਹਨਾਂ ਨੂੰ 3 ਦਿਨ ਪਹਿਲਾਂ ਪਤਾ ਲੱਗਿਆ ਅਤੇ 3 ਦਿਨਾਂ ਤੋਂ ਇਹ ਰੋਟੀ ਪਾਣੀ ਦੇ ਰਹੇ ਆ, 3 ਦਿਨਾਂ ਤੋਂ ਇਹ ਮੰਨ ਲਓ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰੀਕੇ, ਪਰ ਕਰਕੇ ਵੀ ਮਦਦ ਕੀ ਕਰ ਸਕਦਾ ਬੰਦਾ, ਕੁਛ ਵੀ ਨਹੀਂ। ਹੁਣ ਵੀਰੇ ਦੱਸੋ ਕੀ ਕਰਨਾ ਤੁਸੀਂ, ਵੀ ਆਪਾਂ ਇਹਦਾ ਸੰਸਕਾਰ ਇੱਥੇ ਕਰਨਾ ਜਾਂ ਅਸੀਂ ਉੱਥੇ ਲੈ ਕੇ ਚੱਲੀਏ? ਆਪਾਂ ਉੱਥੇ ਕਰ ਦਾਂਗੇ, ਤੁਸੀਂ ਦੱਸੋ ਜੀ। ਉੱਥੇ ਆਪਾਂ ਉੱਥੇ ਚੱਲ ਵੜਦੇ ਹਾਂ, ਉੱਥੇ ਹੁਣ ਆਪਾਂ ਇਹਨੂੰ ਫਰੀਜ਼ਰ 'ਚ ਲਵਾ ਦਾਂਗੇ, ਕੱਲ੍ਹ ਨੂੰ ਜਿਹੜੇ ਤੇਰੇ ਕੋਈ ਰਿਸ਼ਤੇਦਾਰ ਨੇ ਆਉਣਾ ਉਹ ਆ ਜਾਣਗੇ। ਵੀ ਇੱਕ ਵੀ ਸੁਨੇਹਾ ਤਾਂ ਲਾ ਦਿਓ, ਹੈਂਜੀ ਦੱਸੋ ਐਪੀ ਕੀ ਕਰਨਾ ਵੀਰੇ ਤੁਸੀਂ, ਮਹੱਲੇਦਾਰੀ ਵਾਲੇ, ਸ਼ਹਿਰਦਾਰੀ ਵਾਲੇ, ਸਾਡਾ ਸ਼ਹਿਰ ਨਹੀਂ ਹੈਗਾ, ਇੱਥੇ ਕਰਨਾ, ਇੱਥੇ ਕਿੱਥੇ ਕਰਨਾ ਦੱਸ। ਸਵੇਰੇ ਨਹੀਂ ਫਿਰ ਆਪਾਂ ਕਿਤੇ ਮੋਰਚਰੀ ਚ ਲਵਾ ਦਿੰਦੇ ਨਾ, ਫਰਿੱਜ ਚ ਲਵਾ ਦਿੰਦੇ ਹਾਂ, ਸਿਵਲ ਹਸਪਤਾਲ ਨਾ ਫਰਿੱਜ ਲਵਾ ਦਿੰਦੇ ਹਾਂ। ਸਵੇਰੇ ਸਾਰੇ ਨੂੰ ਫਰਿੱਜ ਚੋਂ ਲੈ ਕੇ ਨਵਾ ਕੇ ਫਿਰ ਤੁਹਾਡੀ ਮੰਮੀ ਹੁਣਾਂ ਦੇ ਆਇਆ ਤਾਂ ਤੁਸੀਂ ਸੰਸਕਾਰ ਕਰ ਦਿਓ। ਜੇ ਸਾਡੇ ਕੋਲ ਉੱਥੇ ਕਰਨਾ ਸਾਡੇ ਨਾਲ ਚੱਲੋ, ਆਪਾਂ ਉੱਥੇ ਫਰਿੱਜ ਹੈਗੀ ਆ ਉੱਥੇ ਹਸਪਤਾਲ 'ਚ ਫਰਿੱਜ ਲਾ ਕੇ ਸਵੇਰੇ ਸਾਰੇ ਉੱਥੇ ਸੰਸਕਾਰ ਕਰ ਦਾਂਗੇ, ਹੈਂਜੀ ਦੇਖ ਲਾ ਜੀ ਸਾਡੀ ਜਿਵੇਂ ਕਹੇ ਅਸੀਂ ਤੇਰੇ ਨਾਲ ਹਾਂ ਭਰਾਵਾ, ਪਰ ਸਾਡੇ ਵਾਸਤੇ ਵੀ ਇਹ ਡਿਊਟੀ ਬੜੀ ਔਖੀ ਆ ਬੱਚੀ ਦਾ ਸੰਸਕਾਰ ਕਰਨਾ, ਕਿਉਂਕਿ ਅਸੀਂ ਜ਼ਿੰਦਗੀ ਬਚਾਉਣ ਲਈ ਆਏ ਸੀ, ਜ਼ਿੰਦਗੀ ਸੰਸਕਾਰ ਕਰਨ ਲਈ ਨਹੀਂ ਸੀ ਅਸੀਂ ਇੱਥੇ ਆਏ ਅੱਜ। ਪਰ ਉਹਨੂੰ ਸ਼ਾਇਦ ਇਹੀ ਮਨਜ਼ੂਰ ਸੀ ਉੱਪਰ ਵਾਲੇ ਨੂੰ, ਉਹਨੇ ਸਾਡੋਂ ਮਾਨਸੀ ਦਾ ਜਿਹੜਾ ਕਾਰਜ ਆਹੀ ਕਰਵਾਉਣਾ ਸੀ। ਇਸ ਭੈਣ ਨੇ ਜਿਹਨੂੰ ਮੰਮਾ ਮੰਮਾ ਕਹਿੰਦੀ ਸੀਗੀ ਇਹਨੂੰ ਹੀ ਮਾਂ ਸਮਝਦੀ ਸੀ ਹੁਣ, ਕਿਉਂਕਿ ਉਹਨੂੰ ਹਾਲਤ ਇੰਨੀ ਮਾੜੀ ਸੀ, ਉਹਨੂੰ ਇਹਦੀ ਇਹੀ ਭੈਣ ਹੀ ਮਾਂ ਲੱਗਦੀ ਸੀ। ਅਤੇ ਇਹਨੇ ਵੀ ਸ਼ਾਇਦ ਇੰਨੀ ਕੀ ਸੇਵਾ ਕਰਨੀ ਸੀ। ਹੈਪੀ ਜਿਹੜਾ ਵੀਰ ਭੱਜ ਦੌੜ ਕਰ ਰਿਹਾ ਸੀਗਾ, ਉਹ ਵਿਚਾਰਾ ਬਿਸਤਰਾ ਵੀ ਚੇਂਜ ਕਰਾ ਕੇ ਗਿਆ, ਸਵੇਰੇ ਆ ਕੇ ਸਫਾਈ ਕਰਾ ਕੇ ਗਿਆ ਨਾਲ, ਸ਼ਾਇਦ ਇਹਦੇ ਕੋਲ ਵੀ ਇੰਨੀ ਸੇਵਾ ਸੀ। ਬਸ ਅਰਦਾਸ ਕਰਿਓ ਵਾਹਿਗੁਰੂ ਮਾਨਸੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਸੱਚੇ ਪਾਤਸ਼ਾਹ। ਸਾਨੂੰ ਵੀ ਲੁਧਿਆਣੇ ਪਹੁੰਚਣ ਦਾ ਹੁਕਮ ਨਹੀਂ ਹੋਇਆ ਅੱਜ, ਸਾਨੂੰ ਵੀ ਸੁਪਨਿਆਂ ਦੇ ਘਰ ਤੱਕ ਲੈ ਕੇ ਜਾਣ ਦਾ ਹੁਕਮ ਨਹੀਂ ਹੋਇਆ ਅੱਜ ਮਾਨਸੀ ਨੂੰ। ਮਾਨਸੀ ਦੇ ਰਸਤੇ 'ਚ ਹੀ ਪ੍ਰਾਣ ਆ ਜਿਹੜੇ ਉਹ ਪਖੇਰੂ ਹੋ ਗਏ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਬੱਚੀ ਜਾ ਬਰਾਜੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।